ਅਸੀਂ ਬੜੀ ਮਿਹਨਤ ਤੇ ਸ਼ਿੱਦਤ ਨਾਲ ਫਿਲਮ ਨਾਨਕ ਨਾਮ ਜਹਾਜ਼ ਦੇ ਸੰਗੀਤ ਤੇ ਪਿਕਚਰ ਕੁਆਲਿਟੀ ਨੂੰ ਨਵੀਂ ਤਕਨੀਕ ਨਾਲ ਬਿਹਤਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸਾਡੀ ਕੋਸ਼ਿਸ਼ ਦਾ ਮਾਣ ਰੱਖਦੇ ਹੋਏ ਫਿਲਮ ਨਾਨਕ ਨਾਮ ਜਹਾਜ਼ ਹੈ ਦਾ ਆਨੰਦ ਮਾਣੋ ਨਾਨਕ ਨਾਮ ਜਹਾਜ਼ ਹੈ ਫਿਲਮ ਦਾ ਇਹ ਪੂਰਨ ਰੂਪ ਅਸੀਂ ਕਲਪਨਾ ਲੋਕ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਦੇ ਸ਼ੁਭ ਵਰਸ਼ ਵਿੱਚ ਉਹਨਾਂ ਦੀ ਪਾਵਨ ਸਮ੍ਰਿਤੀ ਨੂੰ ਅਰਪਣ ਕਰਦੇ ਹਾਂ। ਅਸੀਂ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਉਸ ਦੀ ਧਾਰਮਿਕ ਸਲਾਹਕਾਰ ਕਮੇਟੀ ਦੇ ਜਥੇਦਾਰ ਅਕਾਲ ਤਖ਼ਤ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬਾਨ ਅਤੇ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਇਹਨਾਂ ਸੰਸਥਾਵਾਂ ਦੇ ਮਾਨਯੋਗ ਅਹੁਦੇਦਾਰਾਂ ਨੇ ਇਸ ਕਹਾਣੀ ਨੂੰ ਬੜੇ ਗੌਰ ਨਾਲ ਸੁਣਿਆ। ਆਪਣੀ ਵੱਲੋਂ ਪ੍ਰਸ਼ੰਸਾ ਯੋਗ ਤਰਮੀਮਾਂ ਪੇਸ਼ ਕੀਤੀਆਂ। ਕਹਾਣੀ ਅਤੇ ਵਾਰਤਾਲਾਪ ਨੂੰ ਆਪਣੀ ਮਨਜ਼ੂਰੀ ਦੇ ਕੇ ਸਾਨੂੰ ਉਤਸ਼ਾਹ ਦਿੱਤਾ ਕਿ ਅਸੀਂ ਇਸ ਨੂੰ ਫਿਲਮ ਦਾ ਰੂਪ ਦਈਏ। ਅਸੀਂ ਧੰਨਵਾਦੀ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਟੇਟ, ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਹਜ਼ੂਰ ਸਾਹਿਬ ਅਤੇ ਉਹਨਾਂ ਸਭਨਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਜਿਨ੍ਹਾਂ ਨੇ ਗੁਰਦੁਆਰਿਆਂ ਅੰਦਰ ਸ਼ੂਟਿੰਗ ਵਿੱਚ ਸਹਾਇਤਾ ਰਾਹੀਂ ਇਸ ਫਿਲਮ ਦੀ ਤਿਆਰੀ ਵਿੱਚ ਸਾਨੂੰ ਆਪਣੇ ਸਹਿਯੋਗ ਨਾਲ ਨਿਵਾਜਿਆ। ਅਸੀਂ ਧੰਨਵਾਦੀ ਹਾਂ ਏਰੀਆ ਕਮਾਂਡਰ NCC ਅੰਮ੍ਰਿਤਸਰ ਦੇ, ਗਵਰਨਿੰਗ ਕੌਂਸਲ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਉਹਨਾਂ ਕੈਡਿਟਸ ਦੇ ਜਿਨ੍ਹਾਂ ਨੇ NCC ਦੇ ਸੀਨਾਂ ਦੀ ਸ਼ੂਟਿੰਗ ਵਿੱਚ ਸਾਨੂੰ ਰੱਜ ਕੇ ਸਹਿਯੋਗ ਦਿੱਤਾ। ਅਸੀਂ ਧੰਨਵਾਦੀ ਹਾਂ ਉਹਨਾਂ ਸਭਨਾਂ ਸੱਜਣਾਂ ਦੇ ਜਿਨ੍ਹਾਂ ਨੇ ਸਮੇਂ-ਸਮੇਂ ਵਿਅਕਤੀਗਤ ਰੂਪ ਵਿੱਚ ਆਪਣੀਆਂ ਬਹੁਮੁੱਲੀਆਂ ਰਾਵਾਂ ਅਤੇ ਕਈ ਰੂਪਾਂ ਵਿੱਚ ਸਹਿਯੋਗ ਦਿੱਤਾ। ਅਸੀਂ ਅਤਿ ਧੰਨਵਾਦੀ ਹਾਂ ਸੰਤ ਬਾਬਾ ਫਤਿਹ ਸਿੰਘ ਜੀ ਦੇ, ਜਿਨ੍ਹਾਂ ਨੇ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਸ਼ਬਦ ਸਾਡੇ ਲਈ ਵਿਸ਼ੇਸ਼ ਤੌਰ ਤੇ ਰਿਕਾਰਡ ਕਰਵਾਇਆ। ਨਾਨਕ ਨਾਮ ਜਹਾਜ਼ ਹੈ ਫਿਲਮ ਦੀ ਕਹਾਣੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਵਿੱਤਰ ਚਾਰ ਦੀਵਾਰੀ ਵਿੱਚ ਵਾਪਰੀਆਂ ਉਹਨਾਂ ਸੱਚੀਆਂ ਅਤੇ ਇਤਿਹਾਸਕ ਘਟਨਾਵਾਂ ਤੇ ਆਧਾਰਿਤ ਹੈ ਜਿਨ੍ਹਾਂ ਤੋਂ ਸਾਨੂੰ ਇਹ ਫਿਲਮ ਬਣਾਉਣ ਦੀ ਪ੍ਰੇਰਣਾ ਮਿਲੀ। ਗੁਰੂ ਨਾਨਕ ਜਗ ਮਾਰ ਪਠਾਇਆ
ਅੱਜ ਤੋਂ 500 ਸਾਲ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਪ੍ਰੇਮ, ਭਾਈਚਾਰੇ ਅਤੇ ਸਾਂਝੀਵਾਲਤਾ ਦੀ ਇੱਕ ਜੋਤ ਜਗਾਈ ਤੇ ਇਸ ਉਪਰੰਤ ਗੁਰੂ ਲੰਗਰ ਦੀ ਮਰਿਆਦਾ ਚਲਾਉਣ ਵਾਲੇ ਗੁਰੂ ਅੰਗਦ ਦੇਵ ਜੀ, ਸੰਗਤ ਅਤੇ ਪੰਗਤ ਨੂੰ ਵਧਾਉਣ ਵਾਲੇ ਸ਼੍ਰੀ ਗੁਰੂ ਅਮਰਦਾਸ ਜੀ, ਸੇਵਾ ਦੇ ਪੁੰਜ ਅੰਮ੍ਰਿਤਸਰ ਦੇ ਬਾਨੀ ਸ਼੍ਰੀ ਗੁਰੂ ਰਾਮਦਾਸ ਜੀ, ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਰਚਨਾਕਾਰ ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਅਕਾਲ ਤਖ਼ਤ ਦੀ ਸਥਾਪਨਾ ਕਰਨ ਵਾਲੇ ਸ਼੍ਰੀ ਗੁਰੂ ਹਰਗੋਬਿੰਦ ਜੀ, ਮਾਨ ਹੁੰਦਿਆਂ ਨਾ ਮਾਣੇ, ਤਾਨ ਹੁੰਦਿਆਂ ਨਾ ਤਾਣੇ ਸ਼੍ਰੀ ਗੁਰੂ ਹਰ ਰਾਏ ਜੀ, ਅਨਪੜ੍ਹ ਤੋਂ ਗੀਤਾ ਕਹਾਉਣ ਵਾਲੇ ਬਾਲ ਗੁਰੂ ਹਰਕਿਸ਼ਨ ਜੀ, ਤਿਲਕ ਤੇ ਜੰਜੂ ਦੀ ਰਾਖੀ ਲਈ ਸ਼ਹਾਦਤ ਪਾਉਣ ਵਾਲੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਅਤੇ ਸਰਬੰਸਦਾਨੀ ਅੰਮ੍ਰਿਤਦਾਤਾ ਖਾਲਸੇ ਦੇ ਸਿਰਜਣਹਾਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਜੋਤ ਨੂੰ ਸਮੇਂ ਸਮੇਂ ਆਪਣੀ ਕੁਰਬਾਨੀਆਂ ਨਾਲ ਜਗਾਈ ਰੱਖਿਆ ਤੇ ਅੱਜ ਉਸ ਅਖੰਡ ਜੋਤ ਦਾ ਪ੍ਰਕਾਸ਼ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੱਚੇ ਪਾਤਸ਼ਾਹ ਹਜ਼ੂਰ ਵਿੱਚ ਭਾਈ ਗੁਰਮੁਖ ਸਿੰਘ, ਪ੍ਰੇਮ ਸਿੰਘ ਪੱਗਾਂ ਵਟਾ ਕੇ ਧਰਮ ਦੇ ਭਰਾ ਬਣੇ ਹਨ। ਇਹਨਾਂ ਦਾ ਪ੍ਰੇਮ ਵਧਾਉਣਾ, ਭਾਈਚਾਰਾ ਨਿਭਾਉਣਾ, ਇਹਨਾਂ ਦੋਨਾਂ ਨੇ ਮਿਲ ਕੇ ਠੇਕੇਦਾਰੀ ਦੀ ਫਰਮ ਖੋਲੀ ਏ, ਉਹਨੂੰ ਭਾਗ ਲਾਉਣੇ। ਜੋ ਜੀ ਆਵੇ ਸੋ ਰਾਜੀ ਜਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਓ ਪ੍ਰੇਮ
ਕੀ ਕਰਾਂ ਭਰਾ ਜੀ, ਜੰਗਲ ਦੀ ਕਟਾਈ ਵੇਖਣ ਫਿਰ ਤੋਂ ਮੀਲ ਜਰਾ ਅੰਦਰ ਲੰਘ ਗਿਆ ਸੀ। ਜੋ ਮਰਜ਼ੀ ਕਰ ਤੇ ਜਿੱਥੇ ਮਰਜ਼ੀ ਜਾ, ਪਰ ਰੋਟੀ ਵੇਲੇ ਤੇ ਖਾ ਲਿਆ ਕਰ। ਲੈ, ਤੁਸੀਂ ਤੇ ਖਾ ਲੈਂਦੇ। ਮੈਂ ਖਾ ਲੈਂਦਾ, ਕੀ ਗੱਲ ਕਰ ਰਿਹਾ ਤੂੰ? ਲਿਆ, ਮੈਂ ਰੋਟੀ ਜਦੋਂ ਤੇਰੇ ਵੇਲੇ ਖਾ ਲਈ, ਫਿਰ ਸਮੇਂ ਲੈ ਚੜ ਗਏ, ਚੜੇਗਾ ਸੂਰਜ, ਚੜੇਗਾ। ਨਹੀਂ ਪਹਿਲਾਂ ਤੁਸੀਂ, ਪਹਿਲਾਂ ਤੁਸੀਂ, ਪਹਿਲਾਂ। ਇਸ ਤਰ੍ਹਾਂ ਦੋਵਾਂ ਦੋਸਤਾਂ ਦੀ ਦੋਸਤੀ ਭਰਾਵਾਂ ਦੇ ਪਿਆਰ 'ਚ ਬਦਲ ਗਈ। ਵਕਤ ਬੀਤਦਾ ਗਿਆ, ਵਕਤ ਦੇ ਨਾਲ ਨਾਲ ਵਾਹਿਗੁਰੂ ਦੀ ਮਿਹਰ ਦਾ ਵਿਸਤਾਰ ਵੀ ਹੁੰਦਾ ਗਿਆ। ਧਨ ਦੌਲਤ ਮਾਨ ਇੱਜ਼ਤ ਕਿਸੇ ਚੀਜ਼ ਦੀ ਵੀ ਕਮੀ ਨਾ ਰਹੀ। ਕਮੀ ਸੀ ਤੇ ਬਸ ਇੱਕ ਔਲਾਦ ਦੀ। ਸ਼ਾਦੀ ਦੇ 12 ਸਾਲਾਂ ਬਾਅਦ ਗੁਰਮੁਖ ਸਿੰਘ ਦੀ ਉਹ ਮੁਰਾਦ ਵੀ ਵਾਹਿਗੁਰੂ ਨੇ ਪੂਰੀ ਕਰ ਦਿੱਤੀ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਨੀ ਪਾਇਆ, ਪੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਪਹਿਲਾ ਅੱਖਰ ਗੱਗਾ ਆਇਆ ਹੈ ਸਤਸੰਗਤ ਜੀ, ਗੱਗੇ ਤੂੰ ਹੀ ਕਾਕਾ ਜੀ ਦਾ ਨਾਂ ਰੱਖਣਾ। ਹਾਂ, ਗੱਗੇ ਤੂੰ ਰੱਖਣਾ ਹੈ ਤੇ ਫਿਰ ਗੁਰਮੀਤ ਸਿੰਘ ਕਿਸਾ ਨਾਂ ਰਹੇਗਾ? ਜੋ ਚਾਚੇ ਦੀ ਮਰਜ਼ੀ। ਬਧਾਈ ਭਰਾ ਜੀ, ਆ ਜਾਓ ਗੁਰਮੀਤ ਸਿੰਘ ਜੀ, ਆ ਜਾਓ ਸਰਦਾਰ ਗੁਰਮੀਤ ਸਿੰਘ ਜੀ, ਆ ਜਾਓ ਮੇਰੇ ਕੋਲ, ਆ ਜਾਓ, ਜਾਓ, ਜਾਓ। ਓਏ ਓਏ ਓਏ, ਮੱਥਾ ਚੁੱਕੋ, ਮੱਥਾ ਚੁੱਕੋ, ਛਾਵਾ ਜੀ, ਛਾਵਾ ਜੀ। ਬੱਚੇ ਬਾਦਸ਼ਾਹ, ਤੁਸਾਂ ਆਪਣੀ ਮਿਹਰ ਨਾਲ 12 ਸਾਲਾਂ ਬਾਅਦ ਸਾਨੂੰ ਲਾਲ ਬਖਸ਼ਿਆ। ਅੱਜ ਸਾਡੇ ਘਰ ਧਨ ਦੌਲਤ ਪ੍ਰੇਮ ਪਿਆਰ ਦੁੱਧ ਪੁੱਤ ਕਿਸੇ ਗੱਲ ਦੀ ਕਮੀ ਨਹੀਂ। ਹੁਣ ਤੁਹਾਡੇ ਤੋਂ ਇੱਕੋ ਹੀ ਬੇਨਤੀ ਹੈ, ਸਤਿਗੁਰੂ ਮਿਹਰ ਕਰੋ ਤੇ ਮੇਰੇ ਦਿਓਰ ਦਾ ਘਰ ਵੀ ਵਸਾ ਦਿਓ। ਗੱਲ ਕੀ ਹੋਈ? ਤੇਰੇ ਦੇਰ ਲਈ ਕੁੜੀ ਵੇਖ ਗਿਆ, ਬੜੀ ਸੋਹਣੀ ਨੰਬਰਦਾਰ ਤੇ ਤੂੰ ਦੱਸੀ ਸੀ ਆਹੋ, ਕਿੰਨੀ ਸੋਹਣੀ ਤੇ ਕਿੰਨੀ ਸੁਸ਼ੀ। ਭਰਾ ਜੀ, ਖੇਚਲ ਨਾ ਕਰੋ, ਮੈਂ ਵਿਆਹ ਨੀ ਜੇ ਕਰਨਾ। ਕਿਉਂ, ਤੈਨੂੰ ਕੀ ਤਕਲੀਫ ਹੈ? ਦੰਦ ਦੁਖਦਾ ਤੇਰਾ? ਤੁਹਾਡੀ ਮੱਤ ਨੂੰ ਵੀ ਕੀ ਹੋ ਗਿਆ? ਤੁਸੀਂ ਇਹਨੂੰ ਕਿਉਂ ਪੁੱਛਦੇ ਹੋ? ਇਹ ਹੁੰਦਾ ਕੌਣ ਵਿਆਹ ਸ਼ਾਦੀਆਂ ਦੀ ਗੱਲਾਂ 'ਚ ਬੋਲਣ ਵਾਲਾ? ਤੇ ਫਿਰ ਅੱਜ ਤੱਕ ਇਹਨੇ ਮੇਰੀ ਕੋਈ ਗੱਲ ਟਾਲੀ ਹੈ? ਮੈਂ ਵੇਖਣੀ ਹੈ ਘੋੜੀ ਚੜ੍ਹਨ ਤੱਕ ਕਿਵੇਂ ਬਚਤ। ਤੁਸੀਂ ਗੱਲ ਪੱਕੀ ਕਰੋ ਜੀ। ਭਰਜਾਈ ਜੀ, ਕੁਝ ਮੇਰੇ ਵੀ ਤਾਂ ਸੁਣੋ ਨਾ। ਓਏ, ਤੇਰੀ ਗੱਲ ਸੁਣ ਲਈ ਮੈਂ। ਲੋ, ਨਸੀਬ ਤਰ ਜਾਣਗੇ ਤੇਰੇ। ਹੀਰੇ ਵਾਂਗਰ ਕੁੜੀ ਹੈ, ਹੀਰੇ ਵਾਂਗਰ ਲਿਸ਼ਕਾਰੇ ਮਾਰਦੀ ਹੈ। ਬੱਲੇ ਬੱਲੇ ਬੱਲੇ, ਅਮੀਰ ਪੈ ਗਿਆ। ਗਿਆ
ਚੜਿਆ ਤੇ ਲੈ ਗਿਆ ਦਰਸ਼ਨ ਫਰਮਾਨੇ ਹੀਰੇ ਵਰਗਾ ਭਰਾ ਸਰਦਾਰ ਸ਼ੁਕਰਗੁਜ਼ਾਰ ਸਿੰਘ ਉਰਫ ਸ਼ੁਕਾ ਨਾਲ ਹੀ ਆਵੇਗਾ। ਤੇਰੀ ਮੱਤ ਮਾਰੀ ਗਈ, ਭੈਣ ਦੇ ਘਰ ਰਹਿੰਦੇ ਤੈਨੂੰ ਸ਼ਰਮ ਨਾ ਆਵੇਗੀ? ਉਹ ਤਾਂ ਭੈਣ ਨੂੰ ਉਹਨਾਂ ਦੇ ਘਰ ਕੱਲਿਆਂ ਜਾਂਦੀਆਂ ਸ਼ਰਮ ਨਾ ਆਵੇਗੀ? ਸਾਡੇ ਵੇਲੇ ਹੋਰ ਗੱਲ ਸੀ, ਸਾਡੇ ਵੇਲੇ ਤਾਂ ਪਿੰਡ ਚ ਨੀ ਬਣਨ ਦਿੰਦੇ ਸਨ। ਉਹ ਅੱਜ ਕੱਲ ਦੀ ਰਾਜ ਹੈ, ਥੱਕ ਲੈਣੀ ਚੰਗੀ ਹੁੰਦੀ ਹੈ, ਵੋਟੀ ਬਣਨ ਵਾਲੀ ਹੈ ਤੇਰੀ। ਹਾਂ ਤੇ ਵੋਟੀ ਬਣੇਗੀ ਤੇ ਵੇਖ ਲਾਂਗਾ। ਵੋਟੀ ਬਣੇਗੀ ਵੇਖ ਲੇਗਾ, ਫਿਰ ਉਹ ਅੜੀਆ ਪਾਉਣ ਵਾਲੀ ਗੱਲ ਹੁਣ ਤੱਕ ਵਿੱਚ ਕੀ ਹਰਜ ਹੈ? ਮੈਨੂੰ ਕੋਈ ਸਮਝ ਨਹੀਂ ਆਉਂਦਾ, ਖਬਰੇ ਕੀ ਪੁੱਛ ਲੈਣ? ਪੁੱਛਣਾ ਕੀ ਹੈ, ਚੰਗੀ ਤਰ੍ਹਾਂ ਨਾਂ ਕੀ ਹੈ? ਉਹ ਤਾਂ ਜਿੱਤੇ ਹੀ ਕਿ ਨਹੀਂ? ਆਹੋ ਤੇ ਫਿਰ ਸੇਬ ਜੀ, ਫਿਰ ਪੁੱਛੂਗੇ ਕੰਮ ਕੀ ਕਰਨਾ ਕਾਕਾ? ਤੇ ਫਿਰ ਚੱਕੀ ਦੇ, ਫਿਰ ਉਹ ਕਹਿਣਗੇ ਬਾਈ ਕਿਸੀ ਬਹਾਨੇ ਕੁੜੀ ਨੂੰ ਬੁਲਾ ਲੈਣਗੇ ਉੱਥੇ। ਕਿਉਂ ਉੱਥੇ ਆ ਜਾਏਗੀ? ਆਹੋ ਉਹ ਆ ਜਾਏਗੀ ਤੇ ਅਸੀਂ ਕੋਈ ਬਹਾਨਾ ਕਰਕੇ ਮਰ ਜਾਵਾਂਗੇ। ਮਰਗ ਉਹ ਤੇ ਮੈਂ ਇਕੱਲੇ ਭਰਾ ਜੀ, ਤੇ ਮੈਂ ਆਇਆ ਜੇ ਮੇਰੇ ਬੱਚੋ, ਦੁੱਧੀ ਨਹਾਓ ਤੇ ਪੁੱਤਰੀ ਪਲੋ। ਪਰ ਤੂੰ ਸੱਚੇ ਪਾਤਸ਼ਾਹ ਬੱਚਿਆਂ ਦੇ ਮਿਹਰ ਰੱਖਣਾ।
ਅੱਜ ਦਾ ਰੋਗ ਮੈਨੂੰ ਅੱਜ ਤੋਂ ਉਮਰ ਨੂੰ ਵੀ ਦੇ ਬੁੱਲ ਤੇਰੇ ਨੇ ਚੰਡੀਗੜ੍ਹ ਦੇ ਸੁਰਖੀ ਲਾਵੇਂ ਅੰਬਾਲੇ ਦੀ ਨਖਰਾ ਤੇਰਾ ਅੰਬਰਸਰ ਦਾ ਤੇ ਬੋਲੀ ਤੇਰੀ ਪਟਿਆਲੇ ਦੀ ਨੀ ਆਖਰ ਬਣ ਗਈਏ ਨੀ ਆਖਰ ਬਣ ਗਈਏ ਰਨ ਵੱਡੇ ਨਸੀਬਾਂ ਵਾਲੇ ਦੀ ਆਖਰ ਬਣ ਗਈਏ ਰਨ ਵੱਡੇ ਨਸੀਬਾਂ ਵਾਲੇ ਦੀ ਆਖਰ ਬਣ ਗਈਏ ਲੱਕ ਤੇਰਾ ਏ ਮੁੰਦਰੀ ਵਰਗਾ ਤੇ ਕਦਮ ਕਈ ਦਾ ਟਾਂਡਾ ਤੌਣ ਤੇਰੀ ਨੂੰ ਪੈਣ ਵਾਲਾ ਵੇ ਜਦ ਚੁੱਕਨੀ ਪਾਂਡਾ ਕਰਤਾਰੋ ਦੀ ਅੱਖ ਮੁੰਡਿਆ ਕਰਤਾਰੋ ਦੀ ਅੱਖ ਮੁੰਡਿਆ ਜਿਵੇਂ ਇਲ ਤੇ ਆਲ ਨੇ ਆਂਡਾ ਕਰਤਾਰੋ ਦੀ ਅੱਖ ਮੁੰਡਿਆ ਜਿਵੇਂ ਇਲ ਤੇ ਆਲ ਨੇ ਆਂਡਾ ਕਰਤਾਰੋ ਦੀ ਅੱਖ ਮੁੰਡਿਆ ਕਿਉਂ ਵਿਗਟੀਆਂ ਤੇ ਬੰਨ ਪੱਟੀਆਂ ਤੇਰੀ ਚਾਲ ਪਟਾ ਕੇ ਮਾਰੇ ਵਿਗਟੀਆਂ ਤੇ ਬੰਨ ਪੱਟੀਆਂ ਤੇਰੀ ਚਾਲ ਪਟਾ ਕੇ ਮਾਰੇ ਵਿਗਟੀਆਂ ਤੇ ਬੰਨ ਪੱਟੀਆਂ ਅੱਖਾਂ ਵਾਰਾ ਦਿਲ ਨੂੰ ਵਾਰਾ ਜਿੰਦੜੀ ਤੈਥੋਂ ਵਾਰਾ ਅੱਖੀਆਂ ਦੇ ਵਿੱਚ ਅੱਖੀਆਂ ਪਾਵੇਂ ਹੋ ਜਾਵਣ ਪਾਉ ਬਾਰਾ ਨਿਬਾਂ ਉੱਤੇ ਸੌਂ ਜਾਨੀ ਹਾਏ ਸ਼ਰਮ ਕਰੋ ਨਿਬਾਂ ਉੱਤੇ ਸੌਂ ਜਾਨੀ ਤੈਨੂੰ ਬੈਠ ਕੇ ਪੱਕੀ ਦਾ ਚੱਲ ਮਾਰਾ ਨਿਬਾਂ ਉੱਤੇ ਸੌਂ ਜਾਨੀ ਤੈਨੂੰ ਬੈਠ ਕੇ ਪੱਕੀ ਦਾ ਚੱਲ ਮਾਰਾ ਨਿਬਾਂ ਉੱਤੇ ਸੌਂ ਜਾਨੀ ਹਾਏ ਉੱਥੇ ਪੰਗੜੇ ਪੈਂਦੇ ਜਿੱਥੇ ਛਣਕੇ ਮੇਰੇ ਗਾਨੀ ਵਾਹ ਵਾਹ ਵੇ ਤੇਰੇ ਜੇ ਬਤਾਲੀ ਗੱਭਰੂ ਹਾਏ ਸਭ ਮਰ ਗਏ ਵੇ ਤੇਰੇ ਜੇ ਬਤਾਲੀ ਗੱਭਰੂ ਮੇਰੇ ਬਾਗਾਂ ਨੂੰ ਲਾਉਂਦੇ ਪਾਣੀ ਵੇ ਤੇਰੇ ਜੇ ਬਤਾਲੀ ਗੱਭਰੂ ਮੇਰੇ ਬਾਗਾਂ ਨੂੰ ਲਾਉਂਦੇ ਪਾਣੀ ਵੇ ਤੇਰੇ ਜੇ ਬਤਾਲੀ ਗੱਭਰੂ ਚੱਲਿਆ ਤੀਰ ਨਜ਼ਰ ਤੇਰੀ ਦਾ ਦਿਲ ਦਾ ਸ਼ੀਸ਼ਾ ਟੁੱਟਿਆ ਇੱਕ ਵਾਰੀ ਜਿਹੜਾ ਫਟਫੜ ਹੋਇਆ ਮੁੜ ਕਦੇ ਨਾ ਉੱਠਿਆ ਗੱਭਰੂ ਸੱਤ ਫੁੱਟ ਦਾ ਨੀ ਗੱਭਰੂ ਸੱਤ ਫੁੱਟ ਦਾ ਪੰਜ ਫੁੱਟ ਦੀ ਕੁੜੀ ਨੇ ਪੁੱਤ ਸੁੱਟਿਆ ਗੱਭਰੂ ਸੱਤ ਫੁੱਟ ਦਾ ਪੰਜ ਫੁੱਟ ਦੀ ਕੁੜੀ ਨੇ ਪੁੱਤ ਸੁੱਟਿਆ ਗੱਭਰੂ ਸੱਤ ਫੁੱਟ ਦਾ ਹਾਏ
रतन कौर जी तू तैयार हो गई, चल गुरुद्वारे मत्था टेक आइए। अज तुसी हुआ हो, मैं फिर किसी दिन जावांगी। फिर कदों? गुरपुरब ते अज। ओहो भैन जी, कदे गुरुआं नूं वी तां साह लैण दिया करो। ਇਹ ਕੀ ਹਰ ਵੇਲੇ ਗੁਰਦੁਆਰੇ ਗੁਰਦੁਆਰੇ ਕੀ ਪਈ ਕਹਿੰਦੀ ਹੈ? ਵਾਰੀ ਵਾਰੀ ਜਾਈਏ ਗੁਰੂਆਂ ਦੇ, ਇਹ ਘਰ ਬਾਰ ਧਨ ਦੌਲਤ ਸਭ ਕੁਛ ਤੇ ਉਹਨਾਂ ਦੀ ਮਿਹਰ ਹੈ। ਸਭ ਠੀਕ ਹੈ, ਪਰ ਪੁਰਸ਼ਾਰਥ ਵੀ ਤਾਂ ਕੋਈ ਚੀਜ਼ ਹੈ। ਮੈਂ ਤਾਂ ਤਾਂ ਮੰਨਦੀ ਜੇ ਬਿਨਾਂ ਪੁਰਸ਼ਾਰਥ ਤੋਂ ਉਹਨਾਂ ਨੂੰ ਇਹ ਮਹਿਲ ਮਾੜੀਆਂ ਸਭ ਕੁਛ ਮਿਲ ਜਾਂਦਾ। ਇਸ ਤਰ੍ਹਾਂ ਨਾ ਕਹੋ, ਚੱਲ ਚੱਲੀਏ ਭੈਣ ਜੀ। ਅਸਲੀ ਗੱਲ ਤਾਂ ਇਹ ਵੀ ਕਿ ਮੈਂ ਹੁਣ 10 ਵਜੇ ਦੇ ਸ਼ੋਅ ਆਪਣੀ ਸਹੇਲੀਆਂ ਨਾਲ ਪਿਕਚਰ ਵੇਖਣ ਜਾਣਾ। ਮੈਂ ਤਾਂ ਕਹਿੰਦੀ ਹਾਂ ਤੁਸੀਂ ਵੀ ਚੱਲੋ, ਗੁਰਮੀਤ ਤਾਂ ਬੜਾ ਖੁਸ਼ ਹੋਏਗਾ ਫਿਲਮ ਦੇਖ ਕੇ। ਨਹੀਂ ਤੁਸੀਂ ਜਾਓ। ਇਸ ਜ਼ਮਾਨੇ ਨੂੰ ਕੀ ਅਨੇਰ ਹੋ ਗਿਆ ਹੈ, ਸਿਨੇਮਾ ਅੱਗੇ ਆ ਗਏ ਤੇ ਗੁਰਦੁਆਰੇ ਪਿੱਛੇ ਰਹਿ ਗਏ। ਬੇ ਸ਼ੁਕਿਆ ਬਾਹਰ ਜਾ ਜਾ, ਤੂੰ ਇਹ ਰੋਜ਼ ਰੋਜ਼ ਦੀਆਂ ਲੁੱਟੀਆਂ ਲਾਉਣੀਆਂ ਬੰਦ ਕਰ ਦੇ। ਇਹ ਗੁਰਮੀਤਾ ਉਹਦਾ ਨਹੀਂ, ਇਹ ਮੇਰਾ ਬੱਚਾ ਹੈ। ਦੇਖ ਨਹੀਂ ਤੇ ਘਰ ਬਰਬਾਦ ਹੋ ਜਾਏਗਾ। ਓਏ ਘਰ ਤਾਂ ਬਰਬਾਦ ਹੋਇਆ ਹੀ ਹੋਇਆ, ਤੂੰ ਆਪਣਾ ਘਰ ਆਬਾਦ ਕਰ। ਤੈਨੂੰ ਸ਼ਰਮ ਆਉਣੀ ਚਾਹੀਦੀ, ਜਿਸ ਹਾਂਡੀ ਵਿੱਚ ਖਾਣਾ ਉਸੇ ਹਾਂਡੀ ਵਿੱਚ ਛੇਦ ਕਰਨਾ। ਮੈਂ ਕਿਸੇ ਦੇ ਪਿਓ ਦਾ ਨਹੀਂ ਖਾਂਦਾ, ਮੈਂ ਤਾਂ ਆਪਣੀ ਭੈਣ ਦਾ ਖਾਣਾ। ਵੇ ਰੁੜ ਜਾਣਿਆ, ਐ ਵੀ ਸੋਚ ਲੈ, ਇਹ ਕਰ ਦੋਵਾਂ ਭਰਾਵਾਂ ਦਾ ਸਾਂਝਾ ਹੈ ਤੇ ਸਦਾ ਹੀ ਸਾਂਝਾ ਰਹੇਗਾ। ਤੂੰ ਵੀ ਸੋਚ ਲੈ ਭੈਣਾ, ਸਿਆਣੇ ਕਹਿ ਗਏ ਨੇ ਕਿ ਔਲੇ ਦਾ ਖਾਦਾ ਤੇ ਸ਼ੂਕੇ ਦਾ ਕਿਆ ਉਦੋਂ ਯਾਦ ਆਉਂਦਾ ਜਦੋਂ ਪਾਸਾ ਪੁੱਠਾ ਪੈ ਜਾਂਦਾ ਹੈ। ਵੇ ਰੁੜ ਜਾਣਿਆ, ਪਾਸੇ ਹਮੇਸ਼ਾ ਪੁੱਠਾ ਹੀ ਪਾਉਂਦਾ ਰਹਿੰਦਾ, ਕਦੇ ਸਿੱਧਾ ਵੀ ਪਾਇਆ ਕਰ। ਆਪਣਾ ਆਪਣਾ ਸਟਾਈਲ ਹੈ। ਚਾਰ ਦਿਨ ਹੱਸ ਲੈ, ਚੱਲੀਏ ਦੂਜਿਆਂ ਦੀ ਔਲਾਦ ਆਪਣੀ ਮੰਨਣ ਨਾਲ ਆਪਣੀ ਨਹੀਂ ਹੋ ਜਾਂਦੀ। ਸ਼ੁਕਰੀਆ। ਤੂੰ ਚੱਲੀ ਰਹੇਗੀ, ਗੁਰਮੁਖ ਸਿੰਘ ਦੀ ਚਾਲ ਨੂੰ ਨਹੀਂ ਸਮਝਦੀ। ਉਹ ਤਾਂ ਚਾਹੁੰਦੇ ਤੂੰ ਗੁਰਮੀਤ ਨੂੰ ਆਪਣਾ ਪੁੱਤਰ ਬਣਾ ਲਵੇ ਤਾਂ ਕਿ ਤੇਰੀ ਸਾਰੀ ਜਾਇਦਾਦ ਉਹਦੇ ਨਾਲ ਲੱਗ ਜਾਏ, ਉਹ ਤੇਰਾ ਪਾਸਾ ਪੁੱਠਾ ਹੀ ਰਵੇ। ਕਬ ਹੋ ਨਾ ਟਰੋ ਦੇਹ ਸ਼ਿਵਾ ਪਰ ਮੋਹੇ ਸ਼ੁਭ ਕਰ ਮਨ ਤੇ ਕਬ ਹੋ ਨਾ ਟਰੋ ਜੈ ਸਿਰ ਦੀ ਜੈ ਕਾਨ ਕੀ ਜੈ ਸਿਰ ਦੀ ਜੈ ਕਾਨ ਕੀ ਜੈ ਸਿਰ
ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਦੋਂ ਨਾ ਛਾੜੇ ਖੇਤ जग मुआ मर भी न जाने कोई मर भी न जाने कोई ऐसी मरनी जो मरे बोर न मरना होए गुरु नानक देव ने सब तो बड़ा सबक दिता है नाम जपना कर्म की किरत करनी ते वंड के खाना उन्होंने फरमाया पाल खाए कुछ हथों दे नानक राह पछाने से जेड़ा आदमी गाड़े पसीने की कमाई करके सारी उम्र ना जाने की काले माले करता रहा जे मैं कहना इन अंदर डक दो पैसा पुठा कर दो अपने साले नु पूरी अठ नहीं करा सके प्रकाश कर दो वंडी किस तरह पाओगे संभाल दो गुरु मैं दौलत चाहिए दौलत गुरु नहीं चाहिए अपने सारे पास सीधे पै जाएंगे आओ सोच दे की जीजा जी चलो मेरे नाल कचहरी मुकलावे नाल मैं आया था ते समले नाल भी मैं ही जावांगा ओए तुखमा क्यों इस घर दा बेड़ा गरक करन लगा है सुन ले आई पैणा लोकां दे पासे सीधे पाण जाओ ते अपने पुठे पै जांदे नहीं सुन ले भरावा तू ते मैनूं सुना ले पर मैं सत्ती किन्नू सुनावा इक ते उहने साडा कुछ नहीं छड्या दूसरा उहने इन्ने साडा कुछ नहीं छड्डना ओए बकवास बंद भी करेंगे कि नहीं हाय रे रब्बा मैं कित्थे चल जावां रतनी ने की नेर मारे दोवें भरावां नूं कचहरी चढ़ाता सी कोई कह सकदा सी ए सके भरा नहीं धर्म दे भरा ने नहीं मैनूं तां उस विचारे गुरमुख सिंह दा आंदा है जिहड़ा कि गुरमुख आदमी वाहिगुरु दा प्यारा है ते इस पति ने इल्जाम लाउण लगे उहदी चिट्टी दाड़ी दा ख्याल भी नहीं रख्या वेखनी क्या जमाना आया है जिहड़ा नूंह बना के लियाया सी उसे नूं ही कैद कराउण कर पईया
मी भैड़ा प्रेम सिंह इं थले लगाए कि बस पुछ ही पुछना। दिन कवे दिन और रात कवे रात। एक गल है जनानी पागा वाली, जिन्हों एह जहा मर्द लब्बा है, मेरा तो आदमी गल पिछों करदा है ते कृपान पहलों कद दिंदा। नहीं जा नहीं जा, वो ते फकड़ ना मार। नाल ए भी तो दस ना कि महीने च मंडवे किन्नी वारी खड़दा है। ये की गजबी नहीं, वो खत्मा करवा देते। मैं नहीं थोड़ी जी इज्जत बना के बैठा था, सारी पहाड़ पत मिट्टी में ला दिया। हटन की चाहिए की लोड़ी ना जन, तू सब कोई ले रहा है, घर ज्यादा जमीन सब अपने नाम चुनवा ला है, पर साड़ी प्राण मुठ मुठ मीठी रह। तैनू कोई खरात नहीं चाहिए, अपना हक चाहिए हक। किसका वास्ता पावा दी है, चल यही वास्ता मान लिया कि मैं ही तेन उस तारीख नूह बना के लिया। अज अज मैं तेरे अगे चोली मार, मेरी चोली ना ठुकरा, मेरी चोली ना ठुकरा दिए। मुकदमा वापस ले ले, कर कर रात को बचा ले। ये मुकदमा वापस नहीं लेना, इदा फैसला हुन अदालत होएगा। वंडण तो बचा लै सिद्धे पातशाह, बचा लै। सानू कुछ नहीं चाहिदा, तेरी मेहर तेरी बख्शिश बस, एहो साडी लोड़, एहो साडी जायदाद, एहो साडी संपत्ति, साडा इको एक पुत। वो इंजीनियरिंग पढ़ता है, तेरी मेहर होगी अपने आप कदम से खड़ा हो जाएगा। असी सच्चे पातशाह तेरे हजूर तेरी साध संगत की सेवा करके गुरु लंगर दे दो, खा के टुकड़े तेरे हजूर विच पै रवांगे, बस एहो बख्शिश कर। सच्चे पातशाह रतन कौर दे दिन दिया मुरादा पूरिया हो, ओदा पति मेरा भरा देव, ओ जित जावे मुकदमा। सानू मुकदमे नहीं चाहिए, कचहरी नहीं चाहिए, कुछ नहीं चाहिए, तेरी मेहर चाहिए। सच्चे बादशाह मैं हार जावा, मैं हो मंगना मैं हार जावा मुकदमा, ओ जित जावे मैं हार जावा, मेरे बादशाह मैं हार जावा। ऑर्डर ऑर्डर, अदालत मुद्दई सरदार प्रेम सिंह वालों सरदार गुरमुख सिंह उत्ते अमानत च खयानत अते कारीगरां कोलों वड्डियां खान दे सब इल्जाम झूठे ते बनावटी समझदी है। केस खारिज कर दी हुई अदालत हुक्म दें दी है, जिहड़ा 80,000 रुपया फर्म दे नाते बैंक विच जमा पिया है उहदे उत्ते सरदार गुरमुख सिंह दा हक है, उहनूं दित्ता जा। इसदे नाल ही अदालत सरदारनी रतन कौर ते प्रेम सिंह वल्लों फर्म दी पाई वाली तोड़न दी दरखास्त मंजूर कर दी है। पर मार तो पई, ओ ए की कीता ई, ਸਾਡੇ ਧਰਮ ਭਰਾਵਾਂ ਦੀ ਕੋਈ ਨਿਸ਼ਾਨੀ ਬਚੀ ਸੀ, ਉਹਦਾ ਵੀ ਸੱਤਿਆਨਾਸ਼ ਕਰ ਦਿੱਤਾ ਜੀ। ਸੱਤਿਆਨਾਸ਼ ਮੈਂ ਕੀਤਾ ਕਿ ਤੁਸੀਂ ਕੀਤਾ, ਤੁਹਾਡੇ ਕਰਕੇ ਅਸੀਂ ਕੇਸ ਹਾਰ ਗਏ ਆ। ਪਰ ਮੈਂ ਕੀ ਕੀਤਾ ਜਿਹੜੀ ਸੱਚੀ ਗੱਲ ਸੀ ਮੂੰਹੋਂ ਨਿਕਲ ਗਈ। ਬੜੇ ਆ ਧਰਮ ਪੁੱਤ ਯੁਧਿਸ਼ਠਰ, ਸੱਚੀ ਗੱਲ ਸੀ ਮੂੰਹੋਂ ਨਿਕਲ ਗਈ। ਉਹ ਟੈ ਟੈ ਕੀ ਲਾਈ ਹੋਈ, 80,000 ਰੁਪਏ ਹੈਗਾ ਤੇ ਉਹਨਾਂ ਦਾ ਹੀ ਸੀ ਨਾ। 80,000 ਰੁਪਿਆ, ਹਾਏ ਮੇਰਾ 80,000 ਰੁਪਿਆ, ਮੇਰੇ ਅੰਦਰ ਤੇ 5 ਰੁਪਏ ਬਲਦੇ ਨੇ, ਤੁਸੀਂ ਕੀ ਸਮਝਦੇ ਹੋ ਇਹ 80,000 ਰੁਪਿਆ ਨੂੰ ਖਤਮ ਹੋ ਜਾਏਗਾ। ਮੇਰਾ ਨਾਮ ਵੀ ਰਤਨ ਕੌਰ ਹੈ, ਆਪਣੇ ਜਿਉਂਦਿਆਂ ਜੀ ਮੈਂ ਉਹਨੂੰ 80,000 ਰੁਪਏ ਨਹੀਂ ਬਚਣ ਦਿਆਂਗੀ। वे शुकिया, वे तू कितने मर गया, वे मैं लुटी गई, वे बर्बाद हो गई, वे शुकिया तेरा सत्यानाश, वे शुकिया, वे शुकिया, वे शुकिया है। तैनू दूध मलाइया खो खो के किहड़े दिल ने वड्डा कीता सी, मैं तो कहनी मर जा तू, मर जा, मर जा तू। का नीवियां मार ते गल दस, गल की दसा, 80,000 रुपया मिल गया उन्होंने, 80,000 रुपया
मेरे अंदर ते पांबड़ पे बलदे ने ते तू शीशियां दे विच कपड़ा पिया देख मैनू जोश ना दवा ते शुका जात पिया ते परलो आ जाएगी हां हां देखे आया मैं तू और तू ये दस कि 80,000 ना जे मैं उना दे भी 80,000 ले आवा ते चलेंगे बस कर फाफा ना मान आज कुछ करके दिखा ते देख फिर शुका की कर दे चल भाई शुकिया आज काम लबाई कर तू ना मैं कल से और खुश है ना कोई रोकनी है कल तू ना जे तुम दिन दे रहे किसी ने सब लंगे देख लिया तो फिर ओ मैं कच्ची गोलियां नहीं खेले आ भाई तेरा प्रावा ਐ ਵੇਲਾ ਉਹਨਾਂ ਦਾ ਗੁਰਦੁਆਰੇ ਜਾਣ ਦਾ ਉਹ ਗੁਰਦੁਆਰੇ ਵਿੱਚ ਅਰਦਾਸਾਂ ਪੇ ਕਰਨਗੇ ਤੇ ਸ਼ੁਕਾ ਉਹਨਾਂ ਦੇ ਮਾਲ ਦੀ ਅਰਦਾਸ ਕਰ ਦੇਗਾ ਪਾਤਸ਼ਾਹ ਸਿੰਘ ਦਾ ਪਵੇ ਹੀ ਪਵੇ ਚਲ ਗੁਰੂ ਨਾਨਕ ਗੁਰਾ ਇੱਕ ਦੇਹ ਬੁਝਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਗੁਰਾ ਇੱਕ ਦੇਹ ਬੁਝਾਈ ਗੁਰਾ ਇੱਕ ਦੇਹ ਬੁਝਾਈ ਆਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗੁਰਾਇਕ ਦੇਹ ਬੁਝਾਈ ਗੁਰਾਇਕ ਦੇਹ ਬੁਝਾਈ ਗਾਵੀਏ ਸੁਣੀਏ ਮਨ ਰੱਖੀਏ ਭਾਵ ਦੁੱਖ ਪਰ ਹਰ ਸੁਖ ਹਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਦੇਹਾ ਸਮਾਈ ਗੁਰਮੁਖ ਦੇਹਾ ਸਮਾਈ ਗੁਰੂ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਨਾਹੀ ਕਹਿਣਾ ਕਥਨ ਨ ਜਾਈ ਗੁਰਾਈ ਦੇਹ ਬੁਝਾਈ ਗੁਰਾਈ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਗੁਰਾਈ ਦੇਹ ਬੁਝਾਈ ਗੁਰਾਈ ਦੇਹ ਬੁਝਾਈ ਤੇਰਾ ਕੱਖ ਨਾ ਰਵਿਓ ਗੁਰਮੁਖ ਸਿਆ ਓਏ ਸਾਡੀ ਬਾਂ ਦਾ ਪਾਸਾ ਪੁੱਠਾ ਕਰਦਾ ਈ ਓਏ ਓਏ ਗੁਰਮੁਖ ਸਿਆ ਦੇਵਤਾ ਬੜੀ ਫਿਰਨੇ ਤੇ ਘਰ ਨਾਗ ਦੇਵਤਾ ਪਾਲੇ ਹੋਏ ਨੀ ਸਾਨੂੰ ਮਰ ਲਈ ਓਏ ਉਹ ਮਰ ਗਿਆ ਓਏ ਨਸੋ ਤੋ ਕਰ ਦਿਓ ਨਾ ਏਡਾ ਵੀ ਪਾਪਾ ਪੁੱਠਾ ਇੱਕ ਦਿਨ ਕੋਈ ਗੱਲ ਨਹੀਂ ਪੁੱਤਰਾ ਸ਼ੁਕਿਆ ਆ ਗਿਆ ਹੈ ਮੈਨੂੰ ਯਕੀਨ ਸੀ ਤੂੰ ਖਾਲੀ ਹੱਥ ਨਹੀਂ ਆਏਗਾ ਬਸ ਨੋਟ ਕਿਹੋ ਜਿਹੀ ਨਹੀਂ ਚਿੱਟੇ ਚਿੱਟੇ ਕੇ ਮੈਲੇ ਮੈਲੇ ਹਾਂ ਜਲਦੀ ਕੱਢਣਾ ਐਤ ਕੀ ਤੇ ਪਾਸਾ ਪੁੱਠਾ ਪੈ ਗਿਆ ਚੱਲ ਝੂਠਾ ਨਾ ਹੋਵੇ ਤੇ ਐ ਕੀ ਆ ਹੋਏ ਮੈਂ ਮਰ ਗਈ ਇਹ ਕੀ ਹੋਇਆ ਤੇ ਗੁਰਮੁਖ ਸਿੰਘ ਦਾ ਸਿਰ ਹੋਇਆ ਸ਼ਰਮਾ ਨੂੰ ਸ਼ਰਮ ਨਹੀਂ ਆਈ ਮੈਂ ਕੱਲਾ ਤੋਂ 12-12 ਟੁੰਡਾ ਵਰਕ ਪੈ ਗਿਆ ਮੈਨੂੰ ਹੈ ਕੀ ਹੋਇਆ ਹੋਣਾ ਕੀ ਸੀ ਤੇਰੀਆਂ ਦੁੱਧ ਮਲਾਈਆਂ ਖਾਧੀਆਂ ਮੈਂ ਉਹਨਾਂ ਨੂੰ ਮਾਰ ਮਾਰ ਕੇ ਪ੍ਰਗਟ ਕਰ ਦਿੱਤੀ ਇੱਕ ਨੂੰ ਐ ਮਾਰ ਦੂਜੇ ਨੂੰ ਐ ਮਾਰ ਤੀਜੇ ਨੂੰ ਐ ਓਏ ਬਦਮਾਸ਼ਾਂ ਨੇ ਮਾਰ ਖਾ ਖਾ ਕੇ ਮੇਰੀ ਹੱਡੀ ਤੋੜ ਦਿੱਤੀ ਹੈ ਤੇਰੀ ਹੱਡੀ ਟੁੱਟ ਗਈ ਹਾਏ ਮੇਰੇ ਵੀਰ ਦੀ ਹੱਡੀ ਟੁੱਟ ਗਈ ਆ ਮੇਰੇ ਵੀਰ ਨੂੰ ਮਾਰ ਸੁੱਟਿਆ ਮੇਰੇ ਵੀਰ ਨੂੰ ਮਾਰ ਸੁੱਟਿਆ ਹੱਡੀ ਦਾ ਪਾਸਾ ਤਾਂ ਸਿੱਧਾ ਹੈ ਪਰ ਮੇਰੀ ਭੈਣ ਦੀ ਅਕਲ ਜ਼ਰਾ ਪੁੱਠੀ ਹੈ ਹਾਏ ਰੱਬਾ ਕੀ ਨੇਰ ਪੈ ਗਿਆ ਇਹੋ ਜਿਹੇ ਧਰਮ ਦੇ ਪ੍ਰਾਣ ਉੱਥੇ ਮਾਰੋ ਜਿੱਥੇ ਪਾਣੀ ਨਾ ਮਿਲੇ ਮੈਂ ਪੁੱਛਣੀ ਆ ਮੇਰਾ ਭਰਾ ਭਰਾ ਨਹੀਂ
ਕੀ ਹੋਇਆ? ਪੁੱਛੋ ਕੀ ਨਹੀਂ ਹੋਇਆ। ਸੁਖ ਨਾਲ ਤੁਹਾਡੇ ਭਾਈਵਾਲ ਨੇ ਭਾਈਵਾਲੀ ਟੁੱਟਣ ਦੀ ਪਹਿਲੀ ਫਾਜੀ ਭੇਜੀ ਹੈ। ਉਹ ਭਲੀਏ ਲੋਕੇ ਕੋਈ ਦੱਸੇਗੇ ਵੀ ਕੀ ਹੋਇਆ? ਕੀ ਦੱਸਾਂ, ਗੁਰਮੁਖ ਸਿੰਘ ਦੇ 12 ਬੰਦਿਆਂ ਨੇ ਮਿਲ ਕੇ ਸ਼ੁਕੇ ਨੂੰ ਮਾਰਿਆ ਤੇ ਨਾਲੇ ਉਹਦੀ ਬਾਹਰ ਤੋੜ ਦਿੱਤੀ। ਗੁਰਮੁਖ ਸਿੰਘ ਉਹ ਜਿਹਾ ਉੱਚਾ ਆਦਮੀ ਨਹੀਂ ਹੋ ਸਕਦਾ। ਉਹਨਾਂ ਉਹਨੂੰ ਕੌਣ ਪੁੱਛਦਾ? ਮੈਂ ਕਹਿੰਦੀ ਹਾਂ ਉਸੇ ਦੀ ਕਰਤੂਤ ਹੈ। ਹੈ ਤੇ ਤੁਸੀਂ ਕੀ ਸੋਚ ਰਹੇ ਹੋ? ਜਲਦੀ ਨਾਲ ਉੱਠੋ, ਥਾਣੇ ਜਾ, ਰਪਟ ਲਿਖਾ ਉਹਨੂੰ ਤੇ ਉਹਦੇ ਬੰਦੇ ਨੂੰ ਅੰਦਰ ਕਰਾ। ਥਾਣੇਦਾਰ ਤੇ ਤੁਹਾਡਾ ਯਾਰ ਹੈ। ਥਾਣੇਦਾਰ ਮੇਰਾ ਯਾਰ ਹੈ ਪਰ ਕਾਨੂੰਨ ਤੇ ਸਭ ਦਾ ਦੋਸਤ ਹੈ। ਹੈ ਗਵਾਹੀ ਚਾਹੀਦੀ ਹੈ, ਸ਼ਨਾਖਤੀ ਚਾਹੀਦੀ ਹੈ, ਉੱਥੇ 100 ਕਰਨ ਦੀ ਲੋੜ ਪੈਂਦੀ ਹੈ। ਨਹੀਂ, ਪਹੁੰਚ ਵਾਲਿਆਂ ਨੂੰ ਕਿਸੇ ਗੱਲ ਦੀ ਲੋੜ ਨਹੀਂ ਹੁੰਦੀ। ਚਲੋ ਉੱਠੋ ਜਲਦੀ। ਹਾਂ ਚਲੋ, ਚਲਾ ਚਲ ਫੁੱਟ, ਝੂਠੀਆਂ ਰਿਪੋਰਟਾਂ ਲਿਖਣ ਆ ਜਾਂਦੇ ਹੋ। ਓਏ ਥਾਣਾ ਹੈ ਕਿ ਤੇਰੀ ਮਾਸੀ ਦਾ ਮਦਰਸਾ? ਹੈ ਹਕੂਮਤਾਂ ਬਦਲ ਗਈਆਂ ਪਰ ਥਾਣੇਦਾਰਾਂ ਦੀਆਂ ਥਾਣੇਦਾਰੀਆਂ ਨਹੀਂ ਬਦਲੀਆਂ। ਕੋਈ ਗੱਲ ਨਹੀਂ, ਕਦੀ ਨਾ ਕਦੀ ਤਾਂ ਪੁਲਿਸ ਦਾ ਪਾਸਾ ਵੀ ਪੁੱਠਾ ਪਵੇ ਹੀ ਪਵੇ। ਓਏ ਬੜੀ ਬਕਬਕ ਕਰ ਰਹੇ ਹੈ, ਯਾਦ ਰੱਖ ਅੰਦਰ ਤੁੰਦਾ। ਓਏ ਪ੍ਰੇਮ ਸਿਆਣ ਯਾਰ, ਤੂੰ ਤਾਂ ਸਮਝਦਾਰ ਆਦਮੀ, ਚੀਜ਼ ਚੁਦਾਈ ਦੇ ਮਗਰ ਲੱਗੇ। ਉਹ ਤੈਨੂੰ ਕਿੱਦਾਂ ਯਕੀਨ ਹੋ ਗਿਆ ਕਿ ਇਸ ਕਬੂਤਰ ਨੂੰ 12 ਬੰਦਿਆਂ ਨੇ ਕੁੱਟਿਆ ਤੇ ਫਿਰ ਥਾਣੇ ਆਉਣ ਜੋਗਾ ਛੱਡ ਦਿੱਤਾ? ਹੈ ਫਿਰ ਜਿਸ ਵੇਲੇ ਦਾ ਵਾਕਿਆ ਦੱਸਦਾ ਨਾ, ਉਸ ਵੇਲੇ ਤਾਂ ਮੈਂ ਆਪ ਸਰਦਾਰ ਗੁਰਮੁਖ ਸਿੰਘ ਜੀ ਨੂੰ ਗੁਰਦੁਆਰੇ 'ਚ ਕੀਰਤਨ ਕਰਦਿਆਂ ਵੇਖਿਆ। ਉਹ ਵੇਖਿਆ ਕਿ ਨਹੀਂ? ਵੇਖਿਆ ਸਰਕਾਰ। ਓਏ ਕੰਚਕਾ, ਫਿਰ ਤੇ ਕੀ ਲੈਣਾ ਹੈ? ਮੈਂ ਤਾਂ ਨਹੀਂ ਸੀ ਆਉਂਦਾ, ਜੀਜਾ ਜੀ ਲੈ ਕੇ ਆਏ ਜੇ। ਜੀਜਾ ਜੀ ਲੈ ਕੇ ਆਏ ਨੇ, ਲੈ ਸੁਣ ਲੈ ਤੂੰ ਪ੍ਰੇਮ ਸਿਆਂ। ਉਹ ਯਾਰ ਗੁਰਮੁਖ ਸਿੰਘ ਤਾਂ ਤੇਰਾ ਧਰਮ ਦਾ ਪਰਾ ਹੈ, ਤੂੰ ਕਦੀ ਸੋਚ ਸਕਦਾ ਹੈ ਕਿ ਉਹ ਪੱਧਰ ਪੁਰਸ਼ ਕਦੀ ਇਹੋ ਜਿਹੀ ਹਰਕਤ ਕਰ ਸਕਦਾ ਹੈ? ਔਰ ਪੰਤਰਿਆ ਚੱਲ, ਤੇਰਾ ਪਾਸਾ ਪੁੱਠਾ ਪੈ ਗਿਆ। ਕੋਈ ਗੱਲ ਨਹੀਂ ਜੀਜਾ ਜੀ, ਤੁਹਾਡਾ ਨਾਮ ਵੀ ਜੇ ਸ਼ੁਕਰਗੁਜ਼ਾਰ ਸਿੰਘ, ਪਾਸਾ ਸਿੱਧਾ ਪਵੇ ਹੀ ਪਵੇ। ਪਾਸਾ ਸਿੱਧਾ ਪਵੇ ਪਵੇ। ਸੱਚੇ ਪਾਤਸ਼ਾਹ, ਇਹ 80,000 ਰੁਪਏ ਹੀ ਸਾਰੇ ਪੁਆੜੇ ਦੀ ਜੜ ਹੈ, ਇਸੀ ਨੇ ਸਾਡੇ ਭਾਈਚਾਰੇ ਵਿੱਚ ਫੇਕ ਪਾਈ ਹੈ। ਹੁਣ ਮੈਂ ਤੁਹਾਡੀ ਆਗੇ ਨਾਲ ਰਤਨ ਕਾਮ ਨੂੰ ਦੇਣ ਚੱਲਿਆ, ਪ੍ਰਵਾਨ ਕਰਨ। ਦੇਣ ਤੇ ਚੱਲੇ ਹਾਂ ਪਰ ਗੁਰਮੀਤਾ ਦਾ ਵੀ ਕੁਛ ਸੋਚਿਆ, ਉਹ ਪੜ੍ਹਨ ਵਾਸਤੇ ਲੈ ਜਾਣਾ ਚਾਹੁੰਦਾ, ਉਹਨੂੰ ਪੈਸੇ ਦੀ ਲੋੜ ਪਏਗੀ, ਉਹਦਾ ਕੀ ਬਣੇਗਾ? ਉਹ ਤੁਹਾਡੀਏ ਗੁਰਮੀਤਾ, ਨਾ ਤੇਰਾ ਨਾ ਮੇਰਾ, ਜਿਸ ਦਾਤਾ ਦਾਤਾਰ ਦਿੱਤਾ ਉਹਨੂੰ ਤੇ ਸਭ ਕਾਰਜ ਰਾਸ ਕਰੇਗਾ। ਸਿਰ ਸਿਰ ਰਜਕ ਬਣਾਏ ਠਾਕਰ ਕਾਏ ਮਨ ਭਾਉ ਕਰਿਆ, ਤੂੰ ਚਿੰਤਾ ਨਾ ਕਰ, ਇਹ ਮੈਨੂੰ ਸੁਟਾਉਣ ਦੇ ਇੱਕ ਵਾਰੀ, ਬਸ ਮੈਂ ਆ ਗਿਆ। ਹਾਏ ਰੇ ਸ਼ੁਕਿਆ, ਇਹ ਅੱਗ ਹੁਣ ਠੰਡੇ ਪਾਣੀ ਦੇ ਛੱਟਿਆਂ ਨਾਲ ਠੰਡੀ ਨਹੀਂ ਹੋਣੀ, ਇਹ ਪਾਂਬੜ ਤੇ ਹੁਣ ਗੁਰਮੁਖ ਸਿੰਘ ਦੇ ਖੂਨ ਨਾਲ ਹੀ ਠੰਡਾ ਹੋਏਗਾ। ਹੁਣੇ ਲੈਣਾ ਪੈਣਾ, ਹੁਣੇ ਲੈਣਾ। ਜਿੱਦੇ ਪੁੱਤਰ, ਅਸਲੀ ਗੱਲ ਪੁੱਤਰ, ਹੁਣ ਸਾਡੇ ਕੋਲ ਛੱਡਿਆ ਕੀ ਜਿਹੜਾ ਲੈਣ ਆਇਓ? ਘਬਰਾ ਨੇ ਪੁੱਤਰ, ਮੈਂ ਲੈਣ ਨਹੀਂ ਆਇਆ, ਵੀ ਦੇਣ ਆਇਆ। ਸਮਾਨ ਨਹੀਂ, ਇਹ 80,000 ਰੁਪਇਆ ਜਿਹੜਾ ਅਦਾਲਤ ਨੇ ਸਾਨੂੰ ਪਾ ਦਿੱਤਾ। ਦੇਖ ਇੱਕ ਦਿਨ ਕੀ ਹੈ, ਪ੍ਰੇਮ ਸਿੰਘ ਨੂੰ ਨਾ ਪਤਾ ਲੱਗਿਆ ਨਾ ਦੇ ਗਿਆ। ਜਿਉਂਦੀ ਰਹੋ, ਮੈਂ ਚੱਲਣਾ। ਬਸਦੇ ਰਹੋ, ਬਸਦੇ ਰਹੋ। ਤੋਬਾ ਤੋਬਾ, ਇਹੋ ਜਿਹਾ ਬੇਈਮਾਨ ਬੰਦਾ ਕਦੀ ਨਹੀਂ ਵੇਖਿਆ। ਮੁਰਗੀ ਦਾ ਅੰਡਾ ਅੰਦਰੋਂ ਗਰਮ ਤੇ ਬਾਹਰੋਂ ਠੰਡਾ, ਨਾਲੇ ਕਹਿੰਦਾ ਪ੍ਰੇਮ ਸਿੰਘ ਨੂੰ ਨਾ ਦੱਸੀ ਤੇ ਆਪ ਸਾਰੇ ਪਿੰਡ ਚ ਰੋਲਾ ਪਾਉਂਦਾ ਆਇਆ ਹੋਏਗਾ। ਕੀ ਕੋਈ ਕਰਨੀ ਹੈ, ਚੱਲ ਚੱਲੀਏ ਮਾਸੀ ਕੋਲ ਅੰਮ੍ਰਿਤਸਰ, ਅਸੀਂ ਰਾਜ ਬਿੱਲੇ ਲਾਈਏ। ਪਰ ਕਿਉਂ? ਚੱਲੀਏ, ਜੀਜਾ ਜੀ ਨੂੰ ਪਤਾ ਲੱਗ ਗਿਆ ਤਾਂ ਮਾਲ ਸਾਰਾ ਵਾਪਸ ਕਰ ਦੇਣਗੇ। ਨਾਲੇ ਭੁੱਲ ਗਈ ਹੈ, ਅੰਮ੍ਰਿਤਸਰ ਜਾ ਕੇ ਗੁਰਮੀਤ ਤੇ ਚੰਨੀ ਦੀ ਕੁਰਬਾਈ ਤੜਵਾ ਕੇ ਉਹਨਾਂ ਦਾ ਪਾਸਾ ਪੁੱਠਾ ਨਹੀਂ ਕਰਨਾ, ਉਹ ਤੁਰੇ ਅੰਮ੍ਰਿਤਸਰ ਮੇਲ। ਕਮਾਲ ਤੇ ਕਰਨੀ ਹੈ ਰਤਨੀ, ਤੂੰ ਆਪੇ ਤਾਂ ਜ਼ੋਰ ਪਾ ਕੇ ਕੁਰਮਾਈ ਕੀਤੀ ਸੀ, ਹੁਣ ਤੁਹਾਨੂੰ ਵੀ ਮਾਰਨੀ ਹੈ, ਤੂੰ ਕਿਸ ਸਮੇਂ ਨੇ ਚੰਨੀ ਮੰਨ ਜਾਏਗੀ? ਲੈ ਕਿਵੇਂ ਨਹੀਂ ਮੰਨੇਗੀ, ਕੱਲ ਆਉਂਦੇ ਪਈ ਗੱਲ ਕਰਕੇ ਵੇਖ ਲੈ। ਓ ਜੀ ਫਿਰ ਤਾਂ ਪਾਸਾ ਸਿੱਧਾ ਪਿਆ ਹੀ ਸਮਝੋ।
माफ करना, तुसी चरणजीत कौर हो? ते तुसी सरदार गुरमुख सिंह जी दे? जी हाँ। मैं गुरमीत हाँ जी। हाय रब्बा। मैं कदे सोचा भी नहीं सी कि साड़ी पहली मुलाकात इस तरह गड्डी च होएगी। बड़ा अजीब इतफाक है कि मैं पहली गड्डी जाना सी और मेरे को मिस हो गई। ते आ गड्डी मैं मिस करते नहीं सी, गड्डी टुट पई ते काली च जनाने डब्बे दे बजाय ए डब्बे च आ गई। साड़े नाल मुलाकात च होनी सी। तुहानू एक हादसे की गल दसा, पर हस्यो ना। जदों मैं कॉलेज विच नवा नवा भर्ती होया था ते एक दिन बेजी दी चिट्ठी आई कि बापू जी ने मेरी गुड़माई तुहाडे नाल पक्की कर दिती है। पढ़ के मैनू बड़ा ताह आया ना, मैं कुड़ी नू जाना ना कुड़ी मैनू जाने, ते साडे मां प्यो ने सानू भेड़ बकरियां दी तरह एक ही किले दे नाल बन दिता है। मैं भी जोश दे चाह के बेजी नू चिट्ठी लिख मारी कि बिना कुड़ी वेखे मैं तैयार नहीं जाए। उन्होंने चिट्ठी जरूर बापू जी ने पढ़ाई होनी है। जवाब आया कि बापू जी तेनों मिलन वास्ते आ रहे हैं, उन्होंने नाल सारी गलबात कर ली। चिट्ठी पढ़ते हुए मेरी तेह खाने हो गई। सोचिया लो सरदार गुरमीत सिंह जी और वेखो कुड़ी नू, मैं फटाफट तार दिती। बापू जी आन की खेचल ना करना, मनो यह रिश्ता मंजूर है। ਇਹਦੇ ਚ ਇੰਨੀ ਡਰਨ ਵਾਲੀ ਕੀ ਗੱਲ ਸੀ? ਡਰਨ ਵਾਲੀ? ਉਹ ਜੀ ਮਰਨ ਵਾਲੀ ਗੱਲ ਹੋ ਜਾਣੀ ਸੀ। ਸਾਡੇ ਬਾਪੂ ਹੋਰਾਂ ਕੋਈ ਗੁੱਸੇ ਥੋੜਾ ਹੋਣਾ ਸੀ, ਉਹਨਾਂ ਤੇ ਹੱਸਦਿਆਂ ਹੱਸਦਿਆਂ ਮੇਰੇ ਸਾਹ ਸਾਹ ਖਿੱਚ ਲੈਣੇ ਸੀ। एक होर भी है। खाओ ना। पहलो तुसी। दरवाजे श्री हरिमंदर साहब जी ध्यान। ये चारों दरवाजे श्री हरिमंदर साहब खास शुभ दिनों साल में पांच वेरी सजाए जाते हैं। इस मोर की गर्दन नीलम के एक टुकड़े की बनी हुई है जिसकी कीमत 35 लाख के करीब है। इसकी चुंझ में सुचे मोतियां की माला है, बाकी बंतर में बेशुमार कीमती हीरे ते पन्ने जड़े हुए हैं। यह छतर महाराजा रणजीत सिंह ने भेंट किया, इसके दुआले जड़ी 108 वड्डे सुचे मोतियां की माला महाराजा शेर सिंह ने भेंट की थी। यह तलवार महाराजा रणजीत सिंह की है। यह दुती सेहरा महाराजा रणजीत सिंह ने अपने पोतरे कंवर नाम निहाल सिंह की शादी वास्ते बनवाया सी, परंतु इसकी सुंदरता तो प्रभावित होकर बिना वरते ही श्री हरिमंदर साहब की सजावट वास्ते पेंट कर दिता। चंदन का यह चौर एक मुसलमान हाजी मस्कीन ने 5 साल 7 महीने की मेहनत नाल तैयार किया।
14 मन चन्नन की लकड़ी विचों 1,45,000 वाल कढ़े ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਸਭ ਦਾ ਧਰਮ ਮੰਦਰ ਜਾਣ ਕੇ ਸਾਂਝਾ ਧਰਮ ਮੰਦਰ ਜਾਣ ਕੇ ਭੇਂਟ ਕੀਤਾ। ਇਸ ਨਾਲ ਦਾ ਦੂਜਾ ਚੌਰ ਉਸਨੇ ਮੱਕੇ ਸ਼ਰੀਫ ਜਾ ਕੇ ਭੇਂਟ ਕੀਤਾ। ਬਹੁਮੁੱਲੇ ਹੀਰਿਆਂ ਤੇ ਪੰਨਿਆਂ ਨਾਲ ਜੜੀ ਇਹ ਚਾਨਣੀ ਨਿਜ਼ਾਮ ਹੈਦਰਾਬਾਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਨਜ਼ਰ ਕੀਤੀ ਸੀ, ਪਰ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਭੇਂਟ ਕਰ ਦਿੱਤੀ। ਉਸ ਵੇਲੇ ਇਸ ਦੀ ਕੀਮਤ 80 ਲੱਖ ਰੁਪਏ ਸੀ। ਵਾਹਿਗੁਰੂ ਦੀ ਮਿਹਰ ਨਾਲ ਅੱਜ ਮੁੜ ਕੇ ਮੇਲ ਹੋ ਗਏ। ਅੱਛਾ ਇਜਾਜ਼ਤ ਹੈ, ਅੱਜ ਸ਼ਾਮ ਦੀ ਗੱਡੀ ਚ ਪਿੰਡ ਜਾ ਰਿਹਾ। ਮਾਂ ਜੀ ਫਿਰ ਝੂਠੀ ਆਖਦੇ ਸਨ ਕਿ ਤੁਸੀਂ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਘਰ ਇੱਕ ਫੇਰਾ ਜ਼ਰੂਰ ਪਾ ਕੇ ਜਾਂਦੇ ਹੋ। ਉਹ ਕਹਿੰਦੇ ਸਨ ਕਿ ਤੁਸੀਂ ਚਾਹੁੰਦੇ ਹੋ। ਚਲੋ ਤੁਸੀਂ ਵੀ ਕੀ ਯਾਦ ਕਰੋਗੇ, ਅੱਜ ਸ਼ਾਮ ਨੂੰ 4 ਵਜੇ ਜ਼ਰੂਰ ਆਵਾਂਗਾ, ਪਰ ਇੱਕ ਸ਼ਰਤ ਹੈ, ਬੂਆ ਤੁਸੀਂ ਖੋਲੋਗੇ। ਨਹੀਂ ਕੀ ਹੋਇਆ ਤੈਨੂੰ, ਉਂਦਰ ਗਈ ਹੈ? ਨਹੀਂ ਤੇ ਮਾਂ ਜੀ ਇੱਥੇ ਆਟੇ ਪਾਣੀ ਖੰਦੋ ਤੇ ਪਾਈ ਜਾਣੀ ਹੈ। ਮਾਂ ਜੀ ਮਾਂ ਜੀ 4 ਵਜੇ 4:13 ਵਜੇ ਹੋਣਗੇ, ਘੜੀ ਤੇ ਲੇ 3 ਵਜੇ। ਇਸ ਮਰਜਾਨੀ ਨੇ ਵੀ ਅੱਜ ਹੀ ਹੌਲੀ ਹੌਲੀ ਚੱਲਣਾ ਸੀ। ਹੋਰ ਇਹ 4 ਕਦੋਂ ਵਜਣਗੇ? ਹਾਏ ਰੱਬਾ, ਵਜਣਗੇ ਵੀ ਕਿ ਨਹੀਂ ਵਜਣਗੇ? ਇਸ ਮਰਜਾਨੀ ਨੇ ਵੀ ਅੱਜ ਹੀ ਆਉਣਾ ਸੀ। ਹੁਣ ਕੌਣ ਆ ਗਿਆ ਕਸ਼ਮਾਲੀ? ਮਹਾਰਾਜ ਐਸੇ ਕਰਕੇ ਘਰ ਸੱਜਿਆ ਸੀ ਜੇ? ਮੈਂ ਤੇ ਜੀ ਉਹ ਜੀ ਘਬਰਾਉਣ ਦੀ ਕੋਈ ਗੱਲ ਨਹੀਂ ਹੈ, ਕੋਈ ਕਸਰ ਬਾਕੀ ਰਹਿ ਗਈ ਹੋਵੇ ਤੇ ਸੁਣਿਓ, 1-2 ਹੋਰ ਕੱਢ ਲਓ। ਅੱਛਾ ਫਿਰ ਤੁਸੀਂ ਸ਼ਰਮਾ ਲਓ ਤੇ ਅਸੀਂ ਇੱਥੇ ਹੀ ਤੁਹਾਡੇ ਚਰਨਾਂ 'ਚ ਬਹਿ ਜਾਂਦੇ ਹਾਂ। ਤੇ ਕੀ ਕਰਦੇ ਹੋ ਜੀ, ਕੋਈ ਆ ਜਾਏਗਾ ਅੰਦਰ ਚੱਲੋ ਨਾ ਜੀ। ਲਓ ਫਿਰ ਸਾਡਾ ਹੱਥ ਫੜ ਕੇ ਲੈ ਚੱਲੋ। ਨਹੀਂ ਬੁਲਾਵਾਂ ਮਾਂ ਜੀ ਨੂੰ? ਹੈ ਹਿੰਮਤ ਮਾਂ? ਨਹੀਂ ਬਾਬਾ ਨਹੀਂ, ਚਲੋ ਹੱਥ ਫੜ ਕੇ ਛੱਡ ਤੇ ਨਹੀਂ ਦਿਓਗੇ? ਚਲੋ ਨਾ। ਲੋ ਫਿਰ ਅੱਜ ਤੋਂ ਅਸਾਂ ਆਪਣੀ ਜ਼ਿੰਦਗੀ ਤੁਹਾਡੇ ਨਾਲ ਲਿਖੀ। ਚਲੋ ਵੀ ਓ ਬੈਠੋ ਜੀ। ਬਸ ਛੱਡ ਦਿੱਤਾ ਜੀ ਹੱਥ, ਇੰਨੀ ਛੇਤੀ ਵਾਧਾ ਭੁੱਲ ਗਏ? ਕੁਛ ਪੜ੍ਹਦੇ ਲਿਖਦੇ ਵੀ ਹੋ ਕਿ ਸਿਰਫ ਫਿਲਮੀ ਡਾਇਲੋਗ ਹੀ ਬੋਲਦੇ ਰਹਿੰਦੇ ਹੋ? ਅੱਛਾ ਦੱਸੋ ਕੀ ਪੀਓਗੇ ਤੁਸੀਂ? ਪਿਲਾਓਗੇ? ਤੁਹਾਡੇ ਨੈਣਾਂ ਦਾ ਰਸ। ਫਿਰ ਉਹੀ ਗੱਲ, ਭੁੱਲ ਚੁੱਕ ਮਾਫ ਕਰੋ, ਤੁਸੀਂ ਸਾਨੂੰ ਮਟਕੋਲਾ ਪਿਲਾ ਦਿਓ। ਮਟਕੋਲਾ? ਹਾਂ ਮਟਕੇ ਦਾ ਪਾਣੀ। ਮਾਂ ਜੀ ਮਾਂ ਜੀ ਉਹ ਆ ਗਏ। ਕੌਣ? ਮਾਂ ਜੀ ਉਹ ਨੀ ਨਾ ਚੱਲੇ, ਉਹ ਕੌਣ? ਮਾਂ ਜੀ ਤੁਹਾਨੂੰ ਕਿਸੇ ਸਮਝਾਵਾਂ? ਅੱਛਾ ਅੱਛਾ। ਮਾਂ ਜੀ ਉਹਨਾਂ ਨੇ ਪਾਣੀ ਮੰਗਿਆ। ਚਲੀਏ ਪਾਣੀ ਥੋੜ੍ਹਾ ਪਿਲਾਈਦਾ, ਦੁੱਧ ਲੈ ਜਾ। ਗੁਰਮੀਤ ਚਾਚੀ ਤੂੰ ਇੱਥੇ ਕੀ ਕਰਨ ਆਇਆ? ਐਵੇਂ ਮਾਂ ਜੀ ਨੂੰ ਮਿਲਣ ਆਇਆ ਸੀ।
ਪਰ ਕਿਉਂ ਕਾਦੇ ਵਾਸਤੇ ਜੇ ਤੇ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਤੇ ਇਹਨਾਂ ਨਾਲ ਕਿਵੇਂ ਰਹਿ ਸਕਦਾ ਚੱਲ ਚੱਲ ਫੁੱਟ ਇਥੋਂ ਜੇ ਮੁੜ ਕੇ ਕਦੇ ਸਰ ਵਾਲ ਤੱਕਿਆ ਤੇ ਤੇਰੀਆਂ ਅੱਖਾਂ ਗਈ ਲੰਗੀਆਂ ਚੱਲ ਇੱਕ ਲਿਆ ਇਹ ਮਾਂ ਜੀ ਨੇ ਇਹਨਾਂ ਵਾਸਤੇ ਦੁੱਧ ਭੇਜਿਆ ਦੁੱਧ ਭੇਜਿਆ ਸੱਪ ਦੇ ਬੱਚਿਆਂ ਨੂੰ ਦੁੱਧ ਨਹੀਂ ਪਿਆਈਦਾ ਹਾਏ ਮੇਰੀਆਂ ਅੱਖਾਂ जखम हो गए हैं शीशे दे छोटे छोटे टुकड़े निकले हैं जखम साफ करके पट्टी बांध दी थी वैसे तो सब ठीक है ना अजय कुछ क्या नहीं जा सकता मेरा मतलब है डॉक्टर साहब अक्का अक्का ने तो कोई धोखा नहीं ना हो सकता है सरदार जी वाहेगुरु ते भरोसा रखो राजी रोना पिया ना चलिया ना बैग बैग का क्यों गया है की पाला बरत गया है प्राजी की नेरा आ गया मैं समझना पागुरु प्रज्ञा कर रहे हैं साड़ी कैसी ਅਏ ਵੀ ਜਾਣਨਾ ਚਾਹੁੰਦਾ ਅਸੀਂ ਔਕੜ ਵੇਲੇ ਵੀ ਉਹਦਾ ਨਾਂ ਲੈਂਦੇ ਹਾਂ ਸਬਰ ਸ਼ੁਕਰ ਨਾਲ ਕਿ ਨਹੀਂ ਉਹ ਕੀ ਆਖਾਂ ਕਿਉਂ ਦੋਸ਼ ਦਿਆਂ ਉਹਦੀ ਰਜਾ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ਪੱਤਾ ਵੀ ਨਹੀਂ ਹਿੱਲ ਸਕਦਾ ਰਾਜੀ ਤੁਸੀਂ ਦੇਵਤਾ ਹੋ ਤੁਸੀਂ ਮਾਫ ਕਰ ਸਕਦੇ ਹੋ ਪਰ ਮੈਂ ਇਨਸਾਨ ਹਾਂ ਦੁੱਖ ਔਰ ਪਛਤਾਵੇ ਦੀ ਅੱਗ ਵਿੱਚ ਬਲ ਰਿਹਾ ਖਬਰੇ ਉਹ ਕਿਹੜੀ ਮਨੂਸ ਘੜੀ ਸੀ ਜਦੋਂ ਤੁਸੀਂ ਉਸ ਪਾਪੜ ਨੂੰ ਆਪਣੇ ਘਰ ਵਿੱਚ ਨੂੰਹ ਬਣਾ ਕੇ ਲਿਆਏ ਸੋ ਉਹ ਸਪੜੀ ਨੇ ਸਾਡੇ ਸਾਰਿਆਂ ਦੀ ਖੁਸ਼ੀ ਨੂੰ ਟੱਸ ਲਿਆ ਹੈ ਮੇਰੇ ਮੂੰਹ ਤੇ ਉਹ ਕਾਲਕ ਲਾਈ ਉਹ ਕਾਲਕ ਲਾਈ ਜਿਹੜੀ ਮੈਂ ਸਾਰੀ ਉਮਰ ਨਹੀਂ ਸੋ ਸਕਦਾ ਇਸ ਤੇ ਮੈਨੂੰ ਉਹ ਜ਼ਹਿਰ ਦਿੰਦੀ ਚੰਗਾ ਸੀ ਪ੍ਰਾਜਲ ਜ਼ਹਿਰ ਦੇ ਨਾ ਕੀ ਬੇਕਿਆ ਨਹੀਂ ਇਹ ਜੀ ਗੱਲਾਂ ਨਹੀਂ ਕਰਦੇ ਨਾ ਬੱਚਾ ਨਾ ਮੇਰੇ ਵੀਰ ਮੇਰੇ ਵੀਰ मैं बड़ा पापी हाँ मैं बड़ा पापी हाँ पाप रत्नी ने नहीं मैं कीता पापी एदी सजा मैनू दियो एदी सजा मैनू दियो एदी सजा मैनू दियो इहदे विच तेरा की कसूर है सब कर्मा ते खेल जे नहीं ए कसूर मेरा ना मैं ओदे पिछे लगदा ना ओदियां गल्लां विच आंदा ते ना इहदे विगड़े पैंदे नहीं प्रेमिया पिछले जन्म विच असीं ना जाने की पाप कीते होणगे नहीं पर जाजी ए पाप तुसां नहीं ए पाप मैं कीता पर जाई जिसे ता इंसान ने मैनू प्यार दिता मैनू लाड दिता मैनू बच्चे वांगू पालिया
ਸੱਚਾਈ ਮੈਨੂੰ ਦੁੱਖ ਔਰ ਤਕਲੀਫ ਵਿੱਚ ਆਪਣੇ ਸੀਨੇ ਨਾਲ ਲਾਇਆ ਅੱਜ ਮੇਰੇ ਕਾਰਨ ਉਸੇ ਦੇ ਸੀਨੇ ਵਿੱਚ ਡੰਗ ਵੱਜਾ ਮੈਂ ਬੜਾ ਨਾ ਸ਼ੁਕਰਾਵਾਂ ਪਰ ਜਾਏ ਮੈਂ ਬੜਾ ਨਾ ਸ਼ੁਕਰਾਵਾਂ ਹੇ ਵਾਹਿਗੁਰੂ ਵਾਹਿਗੁਰੂ ਤੂੰ ਮੇਰੀ ਲਾਜ ਰੱਖ ਲੈ ਮੈਨੂੰ ਚੁੱਕ ਲੈ ਮੇਰੇ ਵਾਹਿਗੁਰੂ ਮੇਰੀ ਚੁੱਕ ਲੈ ਪਾਪਾ ਜੀ ਮੈਂ ਕਿਸੇ ਚੌਕਾ ਨਹੀਂ ਰਿਹਾ ਪਾਪਾ ਨੇ ਮੈਨੂੰ ਕਿਸੇ ਚੌਕਾ ਨਹੀਂ ਛੱਡਿਆ ਪਾਪਾ ਜੀ ਉਹਨੂੰ ਕਿਉਂ ਦੋਸ਼ ਦੇਣਾ ਉੱਥੇ ਉੱਥੇ ਮੇਰੇ ਗੁਰਮੀਤੇ ਦੀ ਧਰਮ ਮਾਂ ਹੈ ਉਹਦੇ ਸਾਹ ਨਾਲ ਸਾਹ ਲੈ ਕੇ ਜੀਂਦੀ ਸੀ ਕਮਲੀ ਦੇ ਭਾਗ ਨੇ ਨਾ ਜਾਣੇ ਕਿਹਦੀ ਚੁੱਕ ਵਿੱਚ ਆ ਗਈ ਗੁਰਮੀਤੇ ਮੈਨੂੰ ਮਾਫ ਕਰ ਦੇ ਗੁਰਮੀਤੇ ਨਾ ਰੋ ਅੱਥਰੂ ਪੂਜਾ ਗੁਰਮੀਤਾ ਠੀਕ ਹੋ ਜਾਏਗਾ ਠੀਕ ਹੋ ਜਾਏਗਾ ਨਹੀਂ ਮਾਰ ਪੈ ਗਈ ਹੋਰ ਮਨਿਸਟਰਾਂ ਨੂੰ ਪੈ ਗਈ ਜਿੰਨਾ ਹੌਲਾ ਕਰ ਪੁੱਤ ਤੇਰੀ ਮਾਂ ਨੇ ਤੇ ਕੀ ਹੋਇਆ ਮੈਂ ਤੇ ਬੈਠੀ ਮੈਂ ਜਾਣਾ ਫਿਰ ਮਾਸੀ ਬਸ ਕਰ ਮਾਸੀ ਤੈਨੂੰ ਬਹੁਤਾ ਗੱਲ ਨਾ ਲਾ ਤੂੰ ਨਹੀਂ ਜਾਂਦੀ ਜਿਹੜਾ ਸ਼ੂਕਾ ਹੈ ਨਾ ਸ਼ੂਕਾ ਹੈ ਬੜਾ ਮਿਸਣਾ ਹੈ ਬੜਾ ਮਿਸਣਾ ਹੈ ਇਸ ਭਾਂਡੇ ਚ ਖੰਡਾ ਉਸੇ ਭਾਂਡੇ ਨੂੰ ਤੋੜ ਦੇ ਕੀ ਭਾਂਡਾ ਤੋੜਿਆ ਤੇਰਾ ਮੈਂ ਜਿਹੜਾ ਲਿਆ ਕੇ ਵੀ ਖਾਤਾ ਚੁੱਪ ਕਰ ਮਾਦੀ ਦੇਖ ਭਲੇ ਦਾ ਕੋਈ ਦਵਾਨਾ ਨਹੀਂ ਮੈਂ ਇਹਦੇ ਵਾਸਤੇ ਸ਼ਰੀਕਾਂ ਨਾਲ ਲੜਾਈ ਕੀਤੀ ਆਪਣੇ ਹੱਡ ਤੁੜਵਾਏ ਹੋਰ ਤੋਂ ਹੋਰ ਸੰਗੀ ਫੜ ਕੇ ਇੰਦੇ 80,000 ਰੁਪਏ ਕਢਵਾਏ ਹਾਂ ਮੈਂ ਮਰ ਗਈ ਮੈਨੂੰ ਯਾਦ ਆਇਆ ਕੱਢ ਮੇਰਾ 80,000 ਰੁਪਏ ਹੁਣੇ ਕੱਢ ਹੁਣੇ ਕੱਢ ਮੇਰਾ 80,000 ਰੁਪਏ ਕੱਢਣਾ ਅੱਖਾਂ ਤੋਂ ਵੀ ਕੱਢਣੀ 80,000 ਮੈਂ ਫੁੱਦੂ ਚ ਲੈ ਕੇ ਥੋੜਾ ਬਿਆ ਫਿਰਦਾ ਲੈ ਕੇ ਆ ਦਵਾ ਫਿਰ ਆ ਲੈ ਤੇ ਲਾ ਆਪਣਾ ਚਾਗੂ ਫੜ ਮਾਰ ਆਪਣੀ ਸਿਰ ਵਿੱਚ ਮੇਰਾ ਪਾਸਾ ਹੀ ਪੁੱਠਾ ਕਰ ਦਿੱਤਾ ਸੱਚੇ ਪਾਤਸ਼ਾਹ ਤੂੰ ਮੇਰੀਆਂ ਅੱਖਾਂ ਲੈ ਲੈ ਪਰ ਉਹਨਾਂ ਦੀ ਅੱਖਾਂ ਠੀਕ ਕਰ ਦੇ ਮੇਰੀਆਂ ਤੇ ਦੋ ਹੀ ਅੱਖਾਂ ਜਾਣ ਗਿਆ ਪਰ ਉਹਨਾਂ ਦਾ ਸਾਰਾ ਖਾਨਦਾਨ ਰੁੱਲ ਜਾਏਗਾ ਅੱਜ ਉਹਨਾਂ ਦੀ ਅੱਖਾਂ ਦੀ ਪੱਟੀ ਖੁੱਲਣ ਵਾਲੀ ਮੇਰਾ ਵਾਲਿਆ ਮੇਰ ਕਰੀ ਮੇਰ ਕਰੀ ਮੁੰਡੇ ਦੀ ਇਹ ਉਮਰ ਦੀ ਜਵਾਨੀ ਇਹ ਜੀਵਨ ਦੇ ਲੰਮੇ ਪੈਂਡੇ ਕਾਲੇ ਕਿਵੇਂ ਕੱਟਣਗੇ ਕਿਵੇਂ ਕੱਟਣਗੇ ਵੈਰੀ ਵੈਰੀ ਅਨਫਰਚ ਮੈਂ ਜਾਣ ਕਰਦੀ ਹਾਂ।
ਤੁਸੀਂ ਬੇਸ਼ੱਕ ਮੇਰੇ ਹੱਥ ਤੋੜ ਦਿਓ ਮਗਰ ਮੈਂ ਅੱਜ ਦੇ ਟੁਕੜੇ ਕਰ ਦਿਆਂਗਾ ਮੈਂ ਟੁਕੜੇ ਕਰ ਦਿਆਂਗਾ ਮੈਂ ਕਿਹਾ ਇਹ ਕੀ ਚੜ ਚੜ ਕਰਨਾ ਜੱਲਾ ਹੋ ਗਿਆ ਯਾਰ ਚੜ ਜਿਓ ਨਾ ਚੜਨਾ ਪੰਗਾ ਯਾਰ ਨੂੰ ਚਾਹੂ ਹਰ ਜਾ ਮੈਂ ਟੋਟੇ ਕਰ ਦਿਆਂਗਾ ਇਹਦੇ ਟੋਟੇ ਕਰਨ ਤੋਂ ਪਹਿਲੇ ਤੈਨੂੰ ਮੇਰੇ ਟੋਟੇ ਕਰਨ ਨੂੰ ਪੈਣੀ ਇਹਦਾ ਕੀ ਦੋਸ਼ ਹੈ ਪਰਦਾਈ ਤੂੰ ਵੀ ਕਰਨੀ ਹੈ ਇਹਨੇ ਮੇਰੇ ਖਿਆਲ ਦਾ ਕੰਡਾ ਕੱਢਿਆ ਦੋਨਾਂ ਘਰਾਂ ਨੂੰ ਬਰਬਾਦ ਕਰ ਛੱਡਿਆ ਅੱਜ ਬੱਚਾ ਵੀ ਚਾਹ ਲੋ ਮੈਂ ਵੀ ਮੇਰੀ ਚਾਚੀ ਨੂੰ ਕਿਨੇ ਮਾਰਿਆ ਛੱਡੋ ਛੱਡੋ ਮੈਨੂੰ ਮੇਰੀ ਚਾਚੀ ਨੂੰ ਕੌਣ ਮਾਰਦਾ ਚਾਚੀ ਚਾਚੀ ਤੁਹਾਨੂੰ ਕਿਨੇ ਮਾਰਿਆ ਮੇਰੀ ਚਾਚੀ ਤੇ ਕਿਲੇ ਹੱਟ ਚੁੱਕਿਆ ਮੇਰੀਆਂ ਅੱਖਾਂ ਗਈਆਂ ਨੇ ਪਰ ਮੈਂ ਹੱਡਾ ਪੈਰਾਂ ਤੋਂ ਨਹੀਂ ਗਿਆ ਖਬਰਦਾਰ ਜੇ ਕਿਸੇ ਨੇ ਮੇਰੀ ਚਾਚੀ ਨੂੰ ਹੱਥ ਲਾਇਆ ਇਹ ਮੇਰੀ ਚਾਚੀ ਨਹੀਂ ਹੈ ਮੇਰੀ ਮਾਂ ਹੈ ਮੇਰੀ ਮਾਂ ਪਰਛਾਏ ਤੂੰ ਵੀ ਬਚ ਇਹਨੂੰ ਮਾਂ ਕਹਿੰਦਾ ਇਹਨੂੰ ਜਿਹਨੇ ਤੇਰੀਆਂ ਅੱਖਾਂ ਨੇ ਲਈਆਂ ਅੱਖਾਂ ਕੀ ਚੀਜ਼ ਨੇ ਇਹ ਮੇਰੀ ਜਾਨ ਵੀ ਲੈ ਸਕਦੀ ਹੈ ਇਸੇ ਨੇ ਮੈਨੂੰ ਪਾਲਿਆ ਪੋਸਿਆ ਤੇ ਪ੍ਰਵਾਨ ਚੜਾਇਆ ਇਹ ਮੇਰੀ ਮਾਂ ਹੈ ਚਾਚੀ ਮੇਰੇ ਕਰਕੇ ਇਹਨਾਂ ਨੇ ਤੇਰੇ ਉੱਤੇ ਹੱਥ ਚੁੱਕਿਆ ਹੈ ਮੈਂ ਇਹਨਾਂ ਵੱਲੋਂ ਮਾਫ਼ੀ ਮੰਗਦਾ ਚਾਚੀ ਤੂੰ ਇਹਨਾਂ ਨੂੰ ਮਾਫ਼ ਕਰ ਦੇ ਮੈਂ ਗੁਨਾਹਗਾਰ ਹਾਂ ਮੇਰੇ ਕਰਕੇ ਤੇਰੀਆਂ ਅੱਖਾਂ ਚੁੱਕ ਗਈਆਂ ਮੈਨੂੰ ਮਾਫ਼ ਕਰ ਮੈਨੂੰ ਮਾਫ਼ ਕਰ ਦੇ ਮੇਰੇ ਬੱਚਿਆਂ ਮੈਨੂੰ ਮਾਫ਼ ਕਰ ਦੇ ਮੈਨੂੰ ਮਾਫ਼ ਕਰ ਦੇ ਮਾਫ਼ੀ ਕਿਹੜੀ ਗੱਲ ਦੀ ਮਾਂ ਜਿਨ੍ਹਾਂ ਦੋ ਅੱਖਾਂ ਨੇ ਦੋ ਵਿਛੜੇ ਭਰਾਵਾਂ ਨੂੰ ਮਿਲਾ ਦਿੱਤਾ ਹੈ ਉਹ ਅੱਖਾਂ ਕਦੇ ਠੀਕ ਨਾ ਹੋਣ ਚਾਚੀ ਇਹ ਜੋ ਦੋਵੇਂ ਘਰ ਦੁੱਧ ਪਾਣੀ ਵਾਂਗੂ ਮਿਲੇ ਨੇ ਸਦਾ ਮਿਲੇ ਰਹਿਣ ਵਾਹਿਗੁਰੂ ਕਰੇ ਸਦਾ ਮਿਲੇ ਰਹਿਣ ਦੁੱਖ ਦਾਰੂ ਸੁੱਖ ਰੋਗ ਹੋਇਆ ਦੁੱਖ ਦਾਰੂ ਸੁੱਖ ਰੋਗ ਹੋਇਆ ਬਿਖਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਬਨਾਈ ਜੋ ਪ੍ਰਭ ਕੀਨੋ ਸੋ ਪਲ ਮਾਨੋ ਇਹ ਸਮਤ ਸਾਧੂ ਤੇ ਪਾਈ ਸਭ ਮੇਰਾ ਰੇਹਾ ਪ੍ਰਭ ਤੇ ਪੇਖ ਪੇਖ ਨਾਨਕ ਬਿਗਸਾਈ ਬਿਸਰ ਗਈ ਸਭ ਤਾਤ ਪਰਾਈ ਚਾਚਾ ਜੀ ਅੱਖਾਂ ਤੇ ਗਈਆਂ ਸੋ ਗਈਆਂ ਪਰ ਲੱਗਦਾ ਹੈ ਜਿਵੇਂ ਮੇਰੀ ਜਾਨ ਵੀ ਚਲੀ ਜਾਏਗੀ ਐਸੀ ਕਿਹੜੀ ਗੱਲ ਹੈ ਪੁੱਤਰ ਵਾਹਿਗੁਰੂ ਸਾਖੀ ਹੈ ਮੈਂ ਤਿੰਨਾਂ ਰਾਤਾਂ ਇੱਕ ਮਿੰਟ ਵੀ ਨਹੀਂ ਸੁੱਤਾ ਚੱਲਾ ਨਾ ਹੋਵੇ ਤੂੰ ਇਹਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਹੈ ਦੁਨੀਆਂ ਵਿੱਚ ਇੱਕ ਤੋਂ ਇੱਕ ਚੰਗੇ ਡਾਕਟਰ ਪਾਏ ਨੇ ਤੂੰ ਕੀ ਸਮਝਣਾ ਅਸੀਂ ਤੇਰੇ ਦਵਾਦਾਰ ਕੋਈ ਕੱਪੜੇ ਛੱਡਾਂਗੇ ਹੈ ਉਹਦੇ ਠੀਕ ਹੈ ਪਰ ਜਿਹੜੇ ਰੋਗ ਦੀ ਮੈਂ ਗੱਲ ਕਰਦਾ ਉਹਦੀ ਦਵਾ ਤੁਹਾਡੇ ਕੋਲ ਹੈ ਸਿਰਫ ਤੁਹਾਡੇ ਕੋਲ ਮੇਰੇ ਕੋਲ ਤੁਸੀਂ ਮੇਰੀ ਬੇਜੀ ਨੂੰ ਸਮਝਾਓ ਕਿ ਗੁਰਮੀਤ ਅੰਨਾ ਹੋ ਗਿਆ ਪਰ ਬੋਲਾ ਨਹੀਂ ਹੋਇਆ ਉਹ ਜਦੋਂ ਦੋਨੋਂ ਜਣੇ ਰਾਤਾਂ ਨੂੰ ਉੱਠ ਉੱਠ ਕੇ ਰੋਂਦੇ ਨੇ
ਟਾਵਾ ਮਾਰਦੇ ਨੇ, ਹੋਕੇ ਭਰਦੇ ਨੇ, ਉਹਨਾਂ ਦੀਆਂ ਅੱਖਾਂ ਰੋਂਦੀਆਂ ਨੇ, ਪਰ ਮੇਰਾ ਦਿਲ ਰੋਂਦਾ ਹੈ, ਮੇਰਾ ਦਿਲ ਰੋਂਦਾ ਹੈ। ਪੁੱਤਰ, ਮੈਂ ਉਹਨਾਂ ਦੇ ਸਭ ਦੁੱਖ ਸਮਝਦਾ ਵਾਂ, ਜਿਨ੍ਹਾਂ ਦਾ ਸ਼ੀਂ ਵਰਗਾ ਜਵਾਨ ਪੁੱਤਰ ਝੜਦੀ ਜਵਾਨੀ ਚ ਅੰਨਾ ਹੋ ਜਾਏ, ਉਹ ਮਾਪੇ ਰੋਣਗੇ ਨਹੀਂ ਤੇ ਹੋਰ ਕੀ ਕਰਨਗੇ। ਪਰ ਚਾਚਾ ਜੀ, ਇਹ ਪਹਾੜ ਜਿੱਡੀ ਲੰਬੀ ਜ਼ਿੰਦਗੀ ਰੋਣ ਪਿੱਟਣ ਨਾਲ ਨਹੀਂ ਕੱਟੀ ਜਾ ਸਕਦੀ। ਮੇਰਾ ਜੀ ਕਰਦਾ ਹੈ ਨਾ ਮੈਂ ਰੋਵਾਂ ਤੇ ਨਾ ਉਹਨਾਂ ਨੂੰ ਰੁਲਾਵਾਂ। ਉਹਨਾਂ ਦੀਆਂ ਅੱਖਾਂ ਤੋਂ ਓਲੇ ਹੋਣ ਲਈ ਮੈਂ ਕਿਤੇ ਚਾਰ ਦਿਨ ਬਾਹਰ ਗੁਰਦੁਆਰਿਆਂ ਦੀ ਯਾਤਰਾ ਕਰਨ ਚਲਾ ਜਾਵਾਂ, ਤੇ ਕੁਛ ਉਹਨਾਂ ਦਾ ਦੁੱਖ ਹਲਕਾ ਹੋ ਜਾਏਗਾ ਤੇ ਕੁਛ ਮੇਰਿਆਂ ਕੰਨਾਂ 'ਚ ਗੁਰਬਾਣੀ ਦਾ ਰਸ ਪੈਂਦਾ ਰਹੇਗਾ। ਵਾਹ ਵਾਹ, ਇਹਦੇ ਕੋਲ ਕੰਮ ਹੋਰ ਕੀ ਹੋ ਸਕਦਾ ਹੈ? ਮੈਂ ਤੇਰੇ ਨਾਲ ਚੱਲਾਂਗਾ। ਨਹੀਂ ਨਹੀਂ, ਭਰਾ ਭਰਜਾਈ ਬੜੇ ਡੋਲੇ ਹੋਏ ਨੇ, ਤੁਸੀਂ ਉਹਨਾਂ ਦੀ ਦੇਖਭਾਲ ਕਰਨਾ, ਇਹਦੇ ਨਾਲ ਮੈਂ ਚੱਲਾਂਗੀ। ਚਾਚੀ ਜੀ, ਤੁਸੀਂ ਮੇਰੇ ਨਾਲ ਚੱਲੋਗੇ? ਹਾਂ, ਕਿਉਂ? ਮੈਂ ਤੇਰੀ ਕੁਛ ਨਹੀਂ ਲੱਗਦੀ, ਭੁੱਲ ਗਿਆ ਗੁਰਮੀਤਿਆ, ਤੂੰ ਮੈਨੂੰ ਮਾਂ ਕਿਹਾ ਸੀ, ਆਪਣੀ ਮਾਂ ਨੂੰ ਤੂੰ ਅਜੇ ਤੱਕ ਮਾਫ ਨਹੀਂ ਕੀਤਾ। ਮਾਂ, ਨਹੀਂ ਮਾਂ, ਮੇਰਾ ਦਿਲ ਨਹੀਂ ਹੈ। ਪੀ ਲੈਣਾ। ਨਹੀਂ, ਮੈਂ ਨਹੀਂ ਪੀਆਂਗਾ। ਦਿਲ ਹਾਲਾ ਨਾ ਕਰ, ਵਾਹਿਗੁਰੂ ਸਭ ਠੀਕ ਕਰੇਗਾ, ਸਭ ਠੀਕ ਕਰੇਗਾ। ਨਹੀਂ ਚੰਨੀ, ਨਹੀਂ, ਮੈਂ ਤੈਨੂੰ ਆਪਣੇ ਨਾਲ ਨਹੀਂ ਲੈ ਜਾ ਸਕਦਾ, ਮੈਂ ਜਾਣ ਬੁੱਝ ਕੇ ਇਹ ਪਾਪ ਨਹੀਂ ਕਮਾਉਣਾ ਚਾਹੁੰਦਾ। ਮੈਂ ਅੱਖਾਂ ਤੋਂ ਹੀਨ, ਪਰਾਧੀਨ, ਕੋਈ ਉਠਾਏ ਤੇ ਉੱਠਣਾ, ਕੋਈ ਬਿਠਾਏ ਤੇ ਬੈਠਣਾ, ਤੂੰ ਅਜੇ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਦੇਖਿਆ। ਇਹ ਪਾਪ ਨਹੀਂ ਕਿ ਤੇਰੀ ਫੁੱਲ ਵਰਗੀ ਜ਼ਿੰਦਗੀ ਇੱਕ ਅੰਨੇ ਦੇ ਨਾਲ ਬੰਨ ਦਿੱਤੀ ਜਾਏ ਉਮਰ ਭਰ ਦੀਆਂ ਠੋਕਰਾਂ ਖਾਣ ਵਾਸਤੇ? ਨਹੀਂ ਚੰਨੀ, ਨਹੀਂ, ਹਰਗਿਜ਼ ਨਹੀਂ। ਚੱਲੀਏ, ਰੋਣੀ ਹੈ? ਨਹੀਂ ਨਹੀਂ, ਮੈਂ ਤੇ ਚਾਹੁੰਦਾ ਕਿ ਤੇਰੇ ਮਾਪੇ ਕੋਈ ਚੰਗਾ ਵਾਰ ਕਰ ਦੇ ਕੇ ਤੇਰੀ ਸ਼ਾਦੀ ਕਰ ਦੇ ਤੇ ਤੂੰ ਸੁਖੀ ਵਸੇ, ਤੇ ਮੈਨੂੰ ਖੁਸ਼ੀ ਹੋਵੇ ਕਿ ਮੈਂ ਆਪਣੇ ਸਵਾਰਥ ਵਾਸਤੇ ਕਿਸੇ ਦੀ ਜ਼ਿੰਦਗੀ ਬਰਬਾਦ ਨਹੀਂ ਕੀਤੀ। ਮੈਂ ਜਿੱਥੇ ਵੀ ਹੋਵਾਂਗਾ, ਜਿਸ ਹਾਲ 'ਚ ਹੋਵਾਂਗਾ, ਅਰਦਾਸ ਕਰਾਂਗਾ ਕਿ ਵਾਹਿਗੁਰੂ ਮੇਰੀ ਸਾਰੀ ਖੁਸ਼ੀਆਂ ਮੇਰੀ ਚੰਨੀ ਨੂੰ ਦੇਣੀ, ਮੇਰੀ ਸਾਰੀਆਂ ਖੁਸ਼ੀਆਂ ਮੇਰੀ ਚੰਨੀ ਨੂੰ ਲੈਣੀ। ਨਾਨਕ ਨਾਮ ਮਿਲੇ ਦਮ ਜਿਉ। ਬੁੱਧਰ ਕੀ ਗੱਲ ਆਏ, ਰੋਂਦੀ ਕਿਉਂ ਪਈ? ਕਿਉਂ ਹੈ ਬਾਪੂ? ਮੈਂ ਤੁਹਾਡੀ ਧੀ ਨਹੀਂ। ਕੀ ਬਿਗਾਰੀ ਕਿਉਂ ਨਹੀਂ? ਧੀ ਤੇ ਫਿਰ ਇੱਕ ਧੀ ਆਪਣੇ ਬਾਪੂ ਕੋਲੋਂ ਕੁਛ ਨਹੀਂ ਮੰਗ ਸਕਦੀ। ਮੰਗੋ ਬੁੱਧਰ ਜੀ, ਤੁਸੀਂ ਮੈਨੂੰ ਯਾਤਰਾ ਤੇ ਉਹਨਾਂ ਦੇ ਨਾਲ ਜਾਣ ਦੀ ਆਗਿਆ ਦੇ ਦਿਓ। ਦੇਖੋ, ਜਮਾਨੇ ਨੂੰ ਹਨੇਰਾ ਆ ਗਿਆ, ਦੋ ਗੁਰੂ ਦੇ ਪਿਆਰਿਆਂ ਨੇ ਗੁਰੂ ਦੇ ਹਜ਼ੂਰ ਵੀ ਦਿੱਤੇ ਵਚਨ ਵੀ ਤੋੜ ਦਿੱਤੇ ਨੇ, ਨਾਲੇ ਦੁਨੀਆਂ ਆਖੇਗੀ ਕਿ ਇੱਕ ਸਿੱਖਾਂ ਦੀ ਧੀ ਸਿੱਖੀ ਸਿੱਧਤ ਤੋਂ ਹਾਰ ਗਈ। ਚਾਚੀ, ਉਹ ਨੌਕਰ ਕਿੱਥੇ ਜਿਹਨੂੰ ਤੁਸੀਂ ਨਾਲ ਲੈ ਕੇ ਆਏ ਸੀ? ਉਹ ਬਿਸਤਰਾ ਪਿਆ ਸਿੱਧਾ ਕਰਦਾ ਹੈ, ਬੋਲ ਕੀ ਕੰਮ ਹੈ? ਐਵੇਂ ਜ਼ਰਾ ਘੁੱਟ ਦਿੰਦਾ, ਬੈਠੇ ਬੈਠੇ ਥੱਕ ਗਿਆ। ਥੱਕ ਗਿਆ? ਕਾਕਾ, ਮੈਂ ਦਬਾ ਦਿੰਦੀ। ਨਹੀਂ ਨਹੀਂ ਚਾਚੀ ਜੀ, ਤੁਸੀਂ ਇੱਥੇ ਬੈਠੋ। ਕੋਈ ਗੱਲ ਨਹੀਂ, ਮੈਂ ਦਬਾਨੀ ਹਾਂ। ਨਹੀਂ, ਇੱਥੇ ਬੈਠੋ ਤੁਸੀਂ। ਓਹ ਮੁੰਡੂ ਨੂੰ ਤੇ ਬੁਲਾਓ। ਚੱਲ ਭਾਈ ਮੁੰਡੂ। ਓਏ
मुंडा होके कुड़िया की तरह दबा रहे हैं? जरा मर्दा की तरह दबा। गल सुन ओए चाची, ऐसे हाथ से बिल्कुल कुड़िया वर्गे ने। इस शुदाई ने देख नौ भी कुड़िया वर्गे रखी हुई। ऐ भी कमाल है, एहो जिहा कुड़िया वर्गा मुंडा मैं नहीं देखा। ओए इस तो पहले तू किथे काम करदा सी? ओ जी मैं ओ कुड़िया दे स्कूल च खेंती होया ना काम करदा सी जी। बच्चे तो जिंदगी च घंटिया बजांदा रहेगा। चाची एदी आवाज भी बिल्कुल कुड़िया वर्गी है। ओए बोल की नाम है तेरा? ओ पूरा दसा जी हैदा। अच्छा तेरा नाम डेट है? चल बच्चे फिर डेट ही दस। ओ माँ प्या ने मेरा नाम सरदार चनन सिंह रखा थी, लोकी मैनो चन्ना कहते। अच्छा सरदार चनन सिंह जी, एना कोमल हथा दे नाल कदी जिंदगी च तलवार भी चकी जे? ओ जी ओ चुकी सी पर हाथ से मचकोड़ आ गई। लो जी तुरपे जे यात्रा नू ए समझने रे कि वागुरु इन्हां नू अखां डोड़े च पा के दे देगा, कहेगा ए लो प्रसाद। भाई शुक्या ए पासा तां सीधा पर ए थोड़ा जा पुट्ठा ही, पर इन्हू ही सीधा कर देंगे। मांगू एक दाना
चनिया यार जिन्नी तू मेरी सेवा करना है लगता है पिछले जन्म का कुछ लेना देना है। यात्रा खत्म हो जाए तो मैं कुछ रुपए ला के तेन दुकान खुला देंगा। चनिया यार तू इना प्यारा है कि मैं नहीं चाहता कि तू कित होर काम करे। अच्छा गल सुन, तू कि जमात पढ़िया होया? मैं 8 जमात पढ़िया। अच्छा ओए कुछ पढ़ लिख भी लेना, नहीं तो पता चले कि दुकानदारी तो बोलो राम हो गया। बहुत तो नहीं जी, कल दीदी की ने चिट्ठी पढ़ाई सी, वो तो ठीक ठीक ही पढ़ ली सी। किदी सी? मैनू मैंने कहंदिया शर्म आंदी जी। शर्म आंदी है? ओए तू तो मेरा पुत्र है, तन्नू शर्म कादी? किदी सी चिट्ठी? दादा ओए छेती करना, तू तो फिल्मा वांगू ड्रामा ही बनाना शुरू कर दिता है। ओ जी मैं डरदा हां सिर्फ चाचे को, उन्होंने मैनू आख्या सी तू तो भी ना नहीं ते काटा उड़ा दूंगी। हां अच्छा फिर चाचे दी होनी है? नहीं नहीं चाचे दी नहीं, चन्नी दी सी। चन्नी दी? चन्नी की लिखिया सी? ओ मैं ते भूल गया। ओए तू आदमी है चरखा, देख दुकान खोलनी है ना ते चिट्ठी किस कान का बंदोबस्त कर, समझ गया? मां ऐ पत्र में सरोवर दे कंडे बैठ के लिख रही हूं। ऐ पवित्र सरोवर शिकार काट दे उस स्थान ते बनाए जिथे कदे कलगियां वाले पिता ने शेर का शिकार किया अते सानू पिदड़ू शेर बनाया। ऐ कदे सन्ना जंगल सी पर आज गुरु दे सिखा ने ऐ जंगल का काया कल्पी कर दिता है। पर डंडियां दी थां चौड़ियां चौड़ियां सड़कां अते गोदावरी ते पक्का पुल बनाया है। दूर दूर तो आए गुरु दे प्यारे दिन रात बिना कुछ पैसा लेते वाहे गुरु दी सेवा दे काम विच जुटे रहिंदे हन। इन्हां दी अगाध श्रद्धा ते त्याग दी भावना देख के मैनूं भी विश्वास हो गया है कि वाहे गुरु मेरी भी मनोकामना पूरी करेंगे ते गुरमीत दी सुनी अखां विच फिर ज्योति प्रज्वलित करेंगे। मां मैं सोचनी हां मेरा बड़ा ही धन पागे कि तुसां मैनूं इस यात्रा ते आन दी आग्या दित्ती। मां मैं सोचदी हां कि यात्रा ते आके मैं कोई गलती तो नहीं कीती, मैनूं घर छड़ के आवना भी चाहिदा सी कि नहीं। मासी पासा पुट्ठा पै गई, मैं तेनू उदो ही कहा सी ना जा पर उस जिद करके चली गई। लो
ਉਹਨੇ ਵੀ ਇਹੀ ਲਿਖਿਆ ਜੇ। ਉਸ ਵੇਲੇ ਮੈਂ ਜ਼ਿੱਦ ਕਰਕੇ ਆ ਤਾਂ ਗਈ, ਪਰ ਇਹ ਨਾ ਸੋਚਿਆ ਕਿ ਜਿਹੜੀ ਅੱਖਾਂ ਵਾਸਤੇ ਡਾਕਟਰ ਨੇ ਜਵਾਬ ਦੇ ਦਿੱਤਾ, ਉਹ ਅੱਖਾਂ ਵਾਗਰੂ ਕਿੱਥੋਂ ਵਾਪਸ ਕਰੇਗਾ। ਪਾਸਾ ਬਿਲਕੁਲ ਪੁੱਠਾ ਪੈ ਗਿਆ ਬਾਜੀ, ਪਰ ਤੂੰ ਫਿਕਰ ਨਾ ਕਰ, ਮੈਂ ਸੋਚ ਲਿਆ ਪੁੱਠੇ ਪਾਸੇ ਨੂੰ ਸਿੱਧਾ ਕਰ ਦਿਆਂਗਾ। ਹਾਂ ਜਾਗਦੀ ਹੈ। ਸੋਰੀ ਰਿਹਾ, ਉਹ ਤੇ ਕਰਾੜੇ ਮਾਰਦੀ ਪਈ ਹੈ।
ਜਾਦਰਾ ਚਿੱਠੀ ਕਿਸ ਕਾ ਕੇ ਲੈ ਕੇ ਆ ਨਾ ਜੀ ਨਾ ਮੈਨੂੰ ਡਰ ਲੱਗਦਾ ਜੇ ਮੇਰਾ ਦਿਲ ਹੈਂਜ ਹੈਂਡ ਕਰਦਾ ਜੇ ਜੇ ਚਾਚੀ ਜਾ ਗਈ ਨਾ ਸਮਝੋ ਮੇਰੀ ਨੌਕਰੀ ਗਈ ਇਹ ਚੋਰੀ ਦੀ ਕੈਦ ਵਕਰੀ ਹਾਂ ਉਹ ਚੱਲਿਆ ਸਾਡੇ ਹੁੰਦਿਆਂ ਕੋਈ ਤੈਨੂੰ ਹੱਥ ਲਾ ਸਕਦਾ ਨਾ ਜੀ ਨਾ ਤੁਸਾਂ ਪਿੱਛੇ ਆ ਜਾਣਾ ਮੈਂ ਵਿਚਾਰਾ ਮਾਰਾ ਜਾਵਾਂਗਾ ਉਹ ਤੂੰ ਘਬਰਾਉਂਦਾ ਕਿਉਂ ਹੈ ਇਹ ਸਰਦਾਰ ਦਾ ਵਚਨ ਹੈ ਜਾਦਰਾ ਛੇਤੀ ਕਰ ਚਿੱਠੀ ਲੈ ਕੇ ਆ ਚੱਲ ਚਾਚੀ ਪੁਲਿਸ ਆਏਗੀ ਤੇ ਸਾਨੂੰ ਵੀ ਨਾਲ ਸਿੱਟੇਗੀ ਤੇ ਖੱਜਲ ਸਵਾਰ ਕਰੇਗੀ ਚੱਲਿਆ ਚੱਲ ਚੱਲ ਮੰਗ ਪਾ ਗਈ ਖਬਰਦਾਰ ਜੀ ਫਿਰ ਇਹੋ ਜਿਹੀ ਗੱਲ ਕੀਤੀ ਤੇ ਫੜੋ ਕਰਨ ਆਪਣੇ ਹੋ ਗਿਆ ਕੀ ਪੜਾ ਸਾਡੇ ਡਾਕਟਰ ਸਾਹਿਬ ਨੇ ਗੁਰਮੀਤ ਦੀ ਅੱਖਾਂ ਦੇ ਬਾਰੇ ਬਾਹਰਲੇ ਡਾਕਟਰ ਨੂੰ ਕੁਝ ਲਿਖਿਆ ਸੀ ਉਹਦਾ ਜਵਾਬ ਆਇਆ ਕੀ ਹੈ ਜਵਾਬ ਪੁੱਤਰ ਪਰ ਜਾਇਜ ਨੂੰ ਨਾ ਦੱਸਣਾ ਬਾਹਰਲੇ ਡਾਕਟਰਾਂ ਨੇ ਕਿਹਾ ਕਿ ਹੁਣ ਉਹ ਕੁਝ ਨਹੀਂ ਕਰ ਸਕਦੇ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਅੱਛਾ ਬੋਲ ਮਰਵਾ ਦੇਗਾ ਯਾਰ ਚਾਚੀ ਕਿੱਥੇ ਹੈ ਓਜੀ ਉਹ ਪਿਛਲੇ ਡੱਬੇ ਚ ਬੈਠੇ ਹੋਣੇ ਕਿਉਂ ਮੇਰੀ ਚੰਨੀ ਨੇ ਮੈਨੂੰ ਕੀ ਲਿਖਿਆ ਹੈ ਕੀ ਲਿਖਿਆ ਬੀਬੀ ਤੂੰ ਰੱਜ ਕੇ ਪਾਪ ਕਮਾਇਆ ਮੈਨੂੰ ਛੱਡ ਕੇ ਤੂੰ ਤੇ ਤੁਰ ਗਈ ਹੈ ਨਾ ਮੈਨੂੰ ਖਾਣਾ ਚੰਗਾ ਲੱਗਦਾ ਹੈ ਨਾ ਪੀਣਾ ਕੋਠੇ ਚੜ੍ਹ ਕੇ ਬਿਟ ਬਿਟ ਤੱਕਣੀ ਹੈ ਹੁਣ ਆਉਣਗੇ ਹੁਣ ਆਉਣਗੇ ਭੈਣ ਜਿਸ ਗੁਰਦੁਆਰੇ ਜਾਈ ਮੇਰੇ ਵੱਲੋਂ ਅਰਦਾਸਾ ਕਰੀ ਚੰਨੀ ਆਖਦੀ ਹੈ ਮੇਰੀ ਅੱਖਾਂ ਲੱਲਾ ਵਾਹਿਗੁਰੂ ਮੇਰੇ ਚਾਚੀ ਨੂੰ ਅੱਖਾਂ ਦੇ ਦੇ ਰੁਕ ਕਿਉਂ ਗਿਆ ਅੱਗੇ ਪੜ੍ਹਨਾ ਮੇਰਾ ਦਿਲ ਕਰਦਾ ਹੈ ਕਿ ਤੂੰ ਇਹ ਚਿੱਠੀ ਪੜ੍ਹਦਾ ਹੀ ਰਹੇ ਤੇ ਮੈਂ ਸੌਂਦਾ ਹੀ ਰਹਾਂ ਇਹ ਰਾਤ ਕਦੇ ਖਤਮ ਨਾ ਹੋਵੇ ਚੱਲਿਆ ਤੂੰ ਵੀ ਦਿਲ ਛੋਟਾ ਕਰ ਲਿਆ ਲਿਆ ਚਿੱਠੀ ਮੈਨੂੰ ਦੇ ਕੀ ਲਿਖਿਆ ਦੋਵੇਂ ਪਾਸੇ ਲਿਖਿਆ ਹੋਇਆ ਮੇਰੀ ਚੰਨੀ ਨੇ ਮੈਨੂੰ ਬੜਾ ਕੁਛ ਲਿਖਿਆ ਬੜਾ ਕੁਛ ਲਿਖਿਆ ਪਰ ਮੈਂ ਕਿਵੇਂ ਪੜ੍ਹ ਮਸਲਾ ਹੱਲ ਕੀਤਾ ਜੇ ਨਹੀਂ ਚੰਨਿਆ ਅੱਜ ਮੈਂ ਜ਼ਿੰਦਗੀ ਚ ਅੱਖਾਂ ਜਾਣ ਦਾ ਪਹਿਲੀ ਵਾਰੀ ਦੁੱਖ ਮਹਿਸੂਸ ਕੀਤਾ ਵਾਹਿਗੁਰੂ ਅੱਜ ਦਿਨ ਤੱਕ ਤੇਰੇ ਕੋਲ ਕਦੇ ਕੁਛ ਨਹੀਂ ਮੰਗਿਆ ਪਰ ਅੱਜ ਮੈਨੂੰ ਚੰਦ ਘੜੀਆਂ ਵਾਸਤੇ ਮੇਰੀ ਅੱਖਾਂ ਦੀ ਰੋਸ਼ਨੀ ਦੇ ਦੇ ਤਾਂ ਕਿ ਮੈਂ ਆਪਣੀ ਚੰਨੀ ਦੀ ਚਿੱਠੀ ਪੜ੍ਹ ਸਕਾਂ ਕਿ ਉਸਨੇ ਮੈਨੂੰ ਕੀ ਲਿਖਿਆ ਮੇਰਾ ਦਮ ਫੁੱਟਦਾ ਜਾ ਰਿਹਾ ਚੰਨਿਆ ਇਹ ਖਿੜਕੀ ਤਾਂ ਖੋਲ ਹੇ ਰੱਬਾ
अखियां दे नाल नाल मेरे मन विच हनेरा क्यों हो गया है? दुख दे जंगल कदे अन्ने संगड़े नहीं सड़ जापदे। पांडे हनेरी च नाम की जोत चला लो, हनेरे आपे दूर हो जाएंगे। हाँ, तू सच कहना चलिया, कदे कदे मेरे होठां ते आप मुहारे ओ शब्द आ जांदा है जेड़ा माछीवाड़े दे जंगलां विच दशम पिता ने उचारिया सी। मेरी बिपता ते कुछ भी नहीं, उन्हां दे चार लाल शहीद हो गए सन, पंज प्यारे बिछड़ गए सन, ते तलियां च कंडे ही कंडे चुभ रहे सन। चलिया, तू वो शब्द जानना है? जी। तां फिर सुना ना। मित्र प्यारे हाल मुरी दादा मित्र प्यारे बिन रोज रजाया दाटन तुझ बिन रोज रजाया दाटन नाग निवास देना नाग निवास देना मित्र प्यारे मित्र प्यारे नो सूल सुराही कंजर प्याला बिंग फसाया दसेरा बिंग फसा प्यारे हाल मुरी दादा कहना मित्र प्यारे सानू सर चंगा यारड़े दा सानू सर चंगा पट खेड़िया पट खेड़िया दार प्यारे जीवन सफल हो रहा है। मैं कोई बड़े पुंदा काम कर रही हूं। तू तो पुन कमा ले पर मेरी सोच जड़ा पल गुजरता है मैं धिक्कारता है कहता है पति तू की पाप कमा ले
सचमुच ते मेरा दिल कर दिया मैं नदी विच छाल मार के अपने जीवन का अंत कर दिया। क्यों पापा तू सुता नहीं सवेरे अमृतसर जाए? नहीं नहीं मैं अमृतसर नहीं जाना, मैं अमृतसर नहीं जाना। मैं जो यात्रा ले तुरिया सा यह सोच के तुरिया सा कि मैं वापस नहीं जाना। पर क्यों आखिर गल की? मैं नहीं चाहता कि अन्य दे नाल किसी का जीवन बर्बाद होवे। चन्नी को दूर रहने वास्ते मेरे को दो ही रस्ते ने, आत्मघात कर ला या इतने का इतने ही रह जावा। गुरमीत यार ये तो मेरे को कड़े जन्म का बदला लैन लगे, इतने तेन उन्हें करके मैं पहले केसर खोल चुकी हूँ। हूं तो चल मैं तेरे इतने छड़ के तुर जावा किस तरह हो सकता? कुछ होश से गल कर पाता मैं तेरे मापिया की जवाब देंगी? मेरे मापिया कहना थोड़ा तो गुरमीत अपने धर्म के मा प्यो को रह गया है। पर तुझे भी पूछी अपने धर्म के मा प्यो को रहना चाहते जो साड़ी ना रहते हुए ते? नहीं नहीं चाची ऐ नहीं हो सकता। फिर सुन ले जिन्हें तेरे दिन रात सेवा की थी जेरे परछाने रंग तेरे अगे पिछे रही है वो चन्ना नहीं चन्नी चन्नी। चाची तू जरा बाहर है कमाया है छोड़ दे मुझे चाची। मैं सोच भी नहीं सकता था कि मेरे अंडे होंडे तुझे यह फैला उठाओगे। मैं अपनी चढ़ना नहीं देता दे
ਪਿਆ ਸਮਝ ਪਿਛਲੀ ਚਿੱਠੀ ਦੇ ਹਾਰ ਨਾਲ ਉਹ ਕੱਲ ਉਸੋ ਤੁਰ ਪੈਣਗੇ ਅੱਜ ਕੋਈ ਤੁਸੀਂ ਉਹ ਚਿੱਠੀ ਲਿਖੇ ਤੇ ਕੀ ਲਿਖੇ ਪਾਸਾ ਪੁੱਠਾ ਪੈ ਚੁੱਕਾ ਹੀ ਗੁਰਮੀਤ ਅੰਨੇਦਾਨ ਨਾ ਤਾਂ ਨਹੀਂ ਰਹੇਗਾ ਬਾਕੀ ਤੂੰ ਖੁਦ ਸੋਚ ਜੇ ਗੁਰੂ ਮਹਾਰਾਜ ਇਸ ਤਰ੍ਹਾਂ ਲੋਕਾਂ ਦੀ ਅੱਖਾਂ ਠੀਕ ਕਰਨ ਲੱਗ ਪੈਣ ਤੇ ਫਿਰ ਸੰਸਾਰ ਚ ਅੰਨਾ ਹੀ ਕੋਈ ਨਾ ਰਵੇ ਉਹ ਅੰਨੇ ਬਗਾ ਵੀ ਕਦੀ ਸੰਸਾਰ ਹੋ ਸਕਦਾ ਹੈ ਕੱਟ ਮੰਗਣੀ ਤੇ ਪਟ ਵਿਆ ਪਾਸਾ ਸਿੱਧਾ ਪਵੇ ਹੀ ਪਵੇ ਅਰੇ ਚੌਧਰੀ ਲਾਓ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸਭਾਏ ਹਰ ਮਨ ਸੰਗੀ ਕਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅੰਨ ਦਿਨ ਹਰ ਨਿਭ ਲਾਈ ਮਨ ਚਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਜੀ ਵਧਾਈ ਹਰ ਪ੍ਰਭ ਆਕਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਕਾਰੀ ਜਨ ਨਾਨਕ ਬੋਲੇ ਜੋਤੀ ਲਾਵੇ ਜਨ ਨਾਨਕ ਬੋਲੇ ਜੋਤੀ ਲਾਵੇ ਹਰ ਪਾਇਆ ਪ੍ਰਭ ਅਬਨਾਸੀ ਹਰ ਚੌਧਰੀ ਰਾਓ ਵਾਹਿਗੁਰੂ ਦਾ ਵਾਕ ਮਿਲਿਆ ਸੀ ਅੱਜ ਤਾਂ ਅੱਜ ਹੀ ਆਨੰਦ ਕਾਰਜ ਹੋਣਾ ਚਾਹੀਦਾ ਉਹ ਤੁਸੀਂ ਲੋਕ ਇੱਥੇ ਆਉਂਦੇ ਸਾਡੇ ਨਾਲ ਗੱਲ ਕਰਦੇ ਅਸੀਂ ਕੋਈ ਤੁਹਾਡੇ ਦੁਸ਼ਮਣ ਸਾਂ ਮੈਂ ਕੀ ਕਰਦੀ ਉਹ ਦੋਵੇਂ ਆਪਣੀ ਜਾਨਾਂ ਤੇ ਖੇਲਣ ਲੱਗੇ ਸਨ ਮੇਰੀ ਥਾਂ ਤੁਸੀਂ ਵੀ ਹੁੰਦੇ ਤੇ ਉਹ ਹੀ ਕਰਦੇ ਜੋ ਮੈਂ ਕੀਤਾ ਸੋਰੇ ਮੈਂ ਪੁੱਛਣਾ ਤੇਰਾ ਕਲੇਜਾ ਪੱਥਰ ਦਾ ਕਿਵੇਂ ਹੋ ਗਿਆ ਕਲੀ ਦੀ ਚੁੱਪ ਅੱਧੇ ਦੇ ਹੱਥ ਬਣਾ ਦਿੱਤਾ ਇਹ ਨਾ ਸੋਚਿਆ ਕਲੀ ਸਾਡੀ ਤੂੰ ਪਿੱਛੋਂ ਹੈ ਤੇ ਤੀ ਪਹਿਲਾਂ ਅੱਧੀਆਂ ਦੇ ਲਸ਼ਲੂ ਕੋਈ ਨਹੀਂ ਕਰਦਾ ਜਿੰਨਾ ਤੂੰ ਕੀਤਾ ਕਾਸ਼ ਤੁਸੀਂ ਉੱਥੇ ਹੁੰਦੇ ਫਿਰ ਮੈਂ ਵੇਖਦੀ ਤੁਸੀਂ ਉਹਨਾਂ ਦਾ ਆਨੰਦ ਕਾਰਜ ਕਿਸ ਤਰ੍ਹਾਂ ਰੋਕਦੇ ਕਾਸ਼ ਮੈਂ ਉੱਥੇ ਹੁੰਦਾ ਫਿਰ ਮੈਂ ਵੇਖਦਾ ਇਹ ਆਨੰਦ ਕਾਰਜ ਕਿਵੇਂ ਹੁੰਦਾ ਕੀ ਕਰਦੇ ਵਚਨ ਤੋੜ ਦਿੰਦੇ ਵਚਨ ਕਰਦਾ ਟੁੱਟਦਾ ਜੇ ਮੈਂ ਗੁਰਮੀਤ ਦੀ ਸ਼ਾਦੀ ਕਿਤੇ ਹੋਰ ਕਰਦਾ ਜੇ ਫਿਰ ਵੀ ਉਹ ਆਪੋ ਆਪਣੀ ਗੱਲ ਤੇ ਅੜੇ ਰਹਿੰਦੇ ਤਾਂ ਮੈਂ ਦੋ ਜ਼ਿੰਦਗੀਆਂ ਦੇ ਬਰਬਾਦ ਹੋਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਵਾਹਿਗੁਰੂ ਦੇ ਪੇਟ ਕਰ ਦਿੱਤਾ ਬਾਪੂ ਬਾਪੂ ਆਪਣੀ ਇਸ ਕਮਲੀ ਤੇ ਉੱਤੇ ਇੰਨਾ ਗੁੱਸਾ ਵਾਹਿਗੁਰੂ ਦੇ ਹੁਕਮ ਦੇ ਬਿਨਾਂ ਤੇ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਤੇ ਫਿਰ ਉਹਨਾਂ ਦੇ ਲਿਖੇ ਹੋਏ ਵਚਨ ਅਸੀਂ ਤੁਸੀਂ ਕਿਸ ਤਰ੍ਹਾਂ ਬਦਲ ਸਕਦੇ ਹਾਂ ਬਾਪੂ ਵਾਹਿਗੁਰੂ ਦੇ ਬਾਅਦ ਤੁਹਾਡੀ ਚਿੰਨਾ ਚ ਮੇਰਾ ਆਸਰਾ ਹੈ ਬਾਪੂ 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 ਮੈਨੂੰ ਆਸ਼ੀਰਵਾਦ ਦਿਓ ਕਿ ਮੈਂ ਆਪਣਾ ਕੌਲ ਨਿਭਾ ਸਕਾਂ ਦੁਨੀਆਂ ਦੀ ਸਾਰੀ ਖੁਸ਼ੀਆਂ ਮੈਂ ਮਾਲਕ ਤੇ ਕੁਰਬਾਨ ਕਰ ਦਵਾਂ ਹਰ ਪਲ ਹਰ ਕੜੀ ਉਹਦੀ ਸੇਵਾ ਚ ਲਾ ਦਵਾਂ ਤੁਹਾਡੇ ਆਸ਼ੀਰਵਾਦ ਬਿਨਾਂ ਮੈਂ ਆਪਣਾ ਧਰਮ ਪਾਲਣ ਕਿਤਨਾ ਕਰ ਸਕਦੀ ਹਾਂ ਬਾਪੂ ਬਾਪੂ ਮੈਨੂੰ ਆਸ਼ੀਰਵਾਦ ਦਿਓ ਮੇਰੀ ਮੱਛੀ ਮੇਰੀ ਮੱਛੀ ਮੇਰਾ ਵਾਹਿਗੁਰੂ ਜਾਣਦਾ ਹੈ ਤੇਰੀ ਜੋੜੀ ਖੁਸ਼ੀ ਹਰ ਪਰ ਤੇਰੀ ਕਿਸੇ ਦੀ ਨਜ਼ਰ ਨਾ ਲੱਗੀ ਮਾਂ ਚੰਨੀਏ
अज रात अनेरी है के चाननी? चाननी। चानवी चढ़ चुके है? जी। फिर ते साड़ा सारा कमरा चांदी चाननी नाल जगमग जगमग कर रहा होएगा। तू चुप क्यों है? तू किथे है? जी, जी मैं इत्थे हूँ जी। एक गल दसा, शादी तो पहले मैं सोचता सी, मैं अन्ना, मेरी शादी, ते मेरी स्वाग रात किन्नी हनेरी होगी, पर आज तनु पाके, इंज लगता है, जिवें वाहगुरु जी ने मनु फिर तो अखा दे दी थी, तू ही मेरी अखा दी रोशनी है। तू ही मेरी अखा की रोशनी। कितने सट्टे ने लगी चंदी? चली अन्ना आखिर अन्ना ही होता है। चंदी मैं तेरी अखा नहीं। चंदी मैं गया तेजी सुखा लई नहीं किता बल्कि थोड़ी सेवा लई थोड़ी चरणा च जीवन गुजारन लई किता है। आज तो मेरे लिए जान दे सारे सुख हराम ने जमीन ही मेरा वशला होएगी पति सेवा मेरा धर्म ते वाहगुरु दी कृपा मेरा आसरा श्री हरिमंदर साहब जी के प्रसाद उत्ते अपने जीवन कटांगी जब तक मेरा वाहगुरु साढ़े तो मेर नहीं करता साढ़े अखा की रोशनी वापस नहीं आ जाती तब तक मेरे लिए स्वाद भी शेष नहीं बल्कि सूना भी शेष होगी। चलिए चंदी जे सती सावित्री अपने सच करके सत्यवान यमराज को वापस ले सकती है तो फिर अखा की ज्योति की चीज है? ये मेरा वाहगुरु अपनी तीत तरस नहीं खाएगा मेर नहीं करेगा। कुछ खाने ही लिया कि नहीं भुख ना तो साढ़े मुखड़े का पासा ही पुट्ठा पै गया। जरूर जाने कदा तो वेला वेख लिया कर भैन तेरे ने अंजल छड़िया तो भैन ने अंजल छड़िया असि भी अंजल छड़ रही है तू सारे संधानू भुखा मारू है हैं? नाले सुन ला मासी भुखे आंधी रब भी नहीं सुनता लिया अमरूद और चनी ने तो अपना पासा आपा ही पुट्ठा पाया है तू ही समझा किसी ने मनेगी उन्हें तो सारा घर समझा चुके उन्हें तो बस एक रट लाई हुई या रब्बा या इन्हों अखा दे दे या मेरी जान ला ला रब कोई एक्सचेंज महकमे लगा है तो अखा दे दे जान ला ले मासी जे रब ने हर जने खड़े की अखा वापस करनी होंगी तो लेंदा ही क्यों तम खा बेचारे रब ने ओवर टाइम करा रहे हैं अखा दे दे जान ले ले अखा दे दे जा जा कुछ खाने लिया अपना पैसा आपा ही पुट्ठा पाया है। क्यों मांगे ठाकर अपने से सोई सोई देवे नानक दास मुख से जो बोले यहाँ यहाँ सच हो गए। दादा दादा मेरा
मेरा कलेजा अहम कर रहा है, कुड़ी बड़ी कमजोर नजर आ रही है। ब्लड प्रेशर नॉर्मल है, ऐसी घबराने की गल नहीं। तो देखो ना, 7 दिन हो गए जे अन्न का एक दाना नहीं मूंग गया। तुम फिक्र ना करो जी, ईश्वर भली करेगा। एक बेनती कर बापू, ऐ तुसी की करते हो? ऐ तो शोभा नहीं देता बापू। ਇਹ ਪਿਛਲੇ 7 ਦਿਨਾਂ ਚ ਤੁਹਾਨੂੰ ਮਨਾ ਮਨਾ ਕੇ ਸਾਰੇ ਥੱਕ ਗਏ ਨੇ। ਹੁਣ ਸੋਚਦੇ ਨੇ ਤੁਸੀਂ ਮੇਰਾ ਹੱਕ ਕਦੇ ਨਹੀਂ ਮੋੜੋਗੇ। ਬਾਪੂ ਜੀ, ਤੁਸੀਂ ਤੇ ਵਾਹਿਗੁਰੂ ਦੇ ਪਿਆਰੇ ਹੋ। ਤੁਹਾਡੀ ਵਾਹਿਗੁਰੂ ਨਾਲ ਸੱਚੀ ਲਗਨ ਵਥਾ ਸ਼ਰਧਾ ਦੇਖ ਕੇ ਹੀ ਮੈਨੂੰ ਅੱਜ ਇਹ ਰਸਤਾ ਮਿਲਿਆ ਹੈ। ਪਰ ਅੱਜ ਤੁਸੀਂ ਮੈਨੂੰ ਉਸ ਪਤ ਤੋਂ ਦਿਲਾਉਣਾ ਚਾਹੁੰਦੇ ਹੋ। ਬਾਪੂ ਬਾਪੂ, ਮੈਨੂੰ ਆਸ਼ੀਰਵਾਦ ਦਿਓ ਕਿ ਮੈਂ ਆਪਣੇ ਪਤ ਤੋਂ ਕਦੇ ਨਾ ਡੋਲਾਂ। ਬਾਪੂ ਕਦੇ ਨਾ ਡੋਲਾਂ। ਬਾਪੂ ਦੇਵ ਜੀ ਦੇ 4 ਸਾਹਿਬਜ਼ਾਦੇ, 5 ਪਿਆਰੇ, 40 ਮੁਕਤੇ, ਬੇਅੰਤ ਹਠੇ ਜਪੇ ਤਪੇ ਸੰਤ ਮਹਾਤਮਾ ਸ਼ਹੀਦ ਸ਼ਹੀਦਨਾ, ਇਹਨਾਂ ਨਾਮ ਜਪਿਆ ਵੰਡ ਕੇ ਛੱਡਿਆ ਦੇਸ਼ ਕੌਮ ਧਰਮ ਲਈ, ਤਨ ਮਨ ਧਨ ਕੁਰਬਾਨ ਕੀਤਾ, ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਦੇਗਾਂ ਵਿੱਚ ਉਬਾਲੇ ਗਏ, ਤਵਿਆਂ ਤਵਿਆਂ ਤੇ ਬਿਠਾਏ ਗਏ, ਆਪਣੀ ਮਾਵਾਂ ਨੇ ਨਿੱਕੇ ਨਿੱਕੇ ਬੱਚੇ ਕਤਲ ਕਰਵਾਏ, ਟੋਟੇ ਕਰਵਾ ਹਾਰ ਗਲਾਂ ਵਿੱਚ ਪਹਿਣੇ, ਨੇਜਿਆਂ ਤੇ ਟੰਗਾਏ, ਸਿੱਖੀ ਸਿਦਕ ਕੇਸੀ ਸੁਵਾਸੀ ਨਵਾਇਆ, ਦੇਸ਼ ਕੌਮ ਦੀ ਇੱਜ਼ਤ ਰੱਖੇ, ਇਹਨਾਂ ਸਮੂਹ ਵੀਰ ਵੀਰਾਂਗਨਾ ਦੀ ਕਮਾਈ ਵੱਲ ਧਿਆਨ ਧਰ ਕੇ ਬੋਲੋ ਵਾਹਿਗੁਰੂ ਸ਼੍ਰੀ, ਵਾਹਿਗੁਰੂ ਸ਼੍ਰੀ, ਵਾਹਿਗੁਰੂ। ਸੱਚੇ ਪਾਤਸ਼ਾਹ, ਤੇਰੇ ਘਰੋਂ ਅੱਜ ਤੱਕ ਕੋਈ ਵੀ ਖਾਲੀ ਹੱਥ ਵਾਪਸ ਨਹੀਂ ਮੁੜਿਆ, ਤੇ ਫਿਰ ਮੈਂ ਵੀ ਨਹੀਂ ਮੁੜਨਾ। ਇਹ ਮੇਰੇ ਪਤੀ ਦੀ ਅੱਖਾਂ ਅੱਜ ਸੂਰਜ ਡੁੱਬਣ ਤੱਕ ਠੀਕ ਨਹੀਂ ਹੁੰਦੀਆਂ, ਤੇ ਫਿਰ ਮੈਂ ਵੀ ਆਪਣੀ ਅੱਖਾਂ ਤੁਹਾਡੇ ਅਰਪਣ ਕਰ ਦੇਵਾਂਗੀ। ਚੰਨੀਏ, ਐ ਕੀ ਕਰਨ ਲੱਗੀ ਹੈ? ਮੈਂ ਬਰਬਾਦ ਹੋ ਜਾਂਦਾ। ਚੰਨੀਏ ਬਰਬਾਦ ਹੋ ਜਾਂਦਾ। ਚੰਨੀਏ ਸੋ ਮੈਂ ਨਾਦ ਬਮਾਰੀ।
ਮੈਨੂੰ ਅੱਖਾਂ ਮਿਲ ਗਈਆਂ ਨੇ ਮੈਂ ਵੇਖ ਸਕਦਾ ਵਾ ਕਿਸੇ ਦਾ ਪਾਸਾ ਪੁੱਠਾ ਪਾ ਦਿਓਗੇ ਹਨੇਰਾ ਕਿਉਂ ਹੋ ਗਿਆ ਹਨੇਰਾ ਕਿਉਂ ਹੋ ਗਿਆ ਹਨੇਰਾ ਕਿਉਂ ਹੋ ਗਿਆ ਹਨੇਰਾ ਕਿਉਂ ਕਰ ਦਿੱਤਾ ਜੇ ਤੈਨੂੰ ਵਚਨ ਦਿੰਦਾ ਜੇ ਹੁਣ ਤੂੰ ਇੱਕ ਵਾਰੀ ਛੂਕੇ ਦਾ ਪਾਸਾ ਸਿੱਧਾ ਪਾ ਦੇਵੇ ਛੂਕਾ ਸਾਰੀ ਉਮਰ ਕਿਸੇ ਦਾ ਪਾਸਾ ਪੁੱਠਾ ਨਹੀਂ ਪਾਵੇਗਾ ਕਦੇ ਪੁੱਠਾ ਨਹੀਂ ਪਾਵੇਗਾ ਕਦੇ ਪੁੱਠਾ ਨਹੀਂ ਪਾਏਗਾ ਕਦੇ ਪੁੱਠਾ ਨਹੀਂ ਪਾਏਗਾ ਬੰਦਾ ਭੁੱਲਣ ਹਾਰ ਹੈ ਤੇ ਦਾਤਾ ਬਖਸ਼ਣ ਹਾਰ ਛੂਕੇ ਵਾਂਗੂ ਜੇ ਭੁੱਲਿਆ ਪਟਕਿਆ ਇੱਕ ਵੀ ਨਾਸਤਿਕ ਇਹ ਫਿਲਮ ਵੇਖ ਕੇ ਮਨ ਚ ਗਿਆਨ ਦੀ ਜੋਤ ਜਗਾ ਲਵੇ ਤੇ ਅਕਾਲ ਪੁਰਖ ਦੀ ਸ਼ਰਨ ਆ ਜਾਵੇ ਤਾਂ ਅਸੀਂ ਸਮਝਾਂਗੇ ਕਿ ਨਾਨਕ ਨਾਮ ਜਹਾਜ਼ ਹੈ ਫਿਲਮ ਬਣਾਉਣ ਦਾ ਸਾਡਾ ਯਤਨ ਸਫਲ ਰਿਹਾ।
अब ऐसे नानक नाम जहाज है चढ़े सो उतरे पार जो शरदा कर सेम दे गुर पार उतारन नानक नाम चढ़दी कला तेरे पाने सरबत दा पला वाहे गुरु 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 वाहे गुरु